65 ਸਾਲ ਦੇ ਨੌਜਵਾਨ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਉਣ ਜਾ ਰਿਹਾ। 65 ਸਾਲ ਜਦੋਂ ਲੋਕ ਰਿਟਾਇਰ ਹੋ ਜਾਂਦੇ ਆ, ਰਿਟਾਇਰਮੈਂਟ ਇਜ਼ ਜਸਟ ਅ ਟਰਮ। 11-12 ਸਾਲ ਇੱਕ ਸ਼ਖਸ ਘਰ 'ਚ ਰਹਿੰਦਾ ਜੀ, 1.5-2 ਸਾਲ ਬੈੱਡ 'ਤੇ ਰਹਿੰਦਾ ਜੀ, ਬਿਲਕੁਲ। ਅਤੇ ਉਸ ਤੋਂ ਬਾਅਦ ਉਹਦੀ ਜਰਨੀ ਮੁੜ ਤੋਂ ਸ਼ੁਰੂ ਹੁੰਦੀ। ਮੈਂ ਸੋਚਿਆ ਕਿ ਠੀਕ ਹੈ ਯਾਰ, ਹੁਣ ਮਰਨਾ ਜਾਂ ਤਰਨਾ। 135 to 74 ਤੋਂ ਬਹੁਤ ਡਰਾਸਟਿਕ ਲੱਗਦਾ ਸੀ। ਔਰ ਯਕੀਨ ਮੰਨੋ, ਮੈਨੂੰ ਹਾਲੇ ਤੱਕ ਖੁਦ ਵੀ ਨਹੀਂ ਸਮਝ ਆਉਂਦੀ ਆਪਣੀ ਪੁਰਾਣੀਆਂ ਫੋਟੋਜ਼ ਜਦੋਂ ਮੈਂ ਦੇਖਣਾ। ਬੋਡੀ ਸ਼ੇਮਿੰਗ ਤਾਂ ਆਪਾਂ ਵਰਡ ਸੁਣਿਆ ਜੀ, ਏਜ ਸ਼ੇਮਿੰਗ ਕਦੇ ਹੋਈ? ਕਦੇ ਇੱਕ ਦਿਨ ਰਾਤ ਦਾ ਸਿਲਸਿਲਾ। ਸ਼ਬਦ ਨੂੰ ਯੂਜ਼ ਕਰਨ ਦਾ ਤਰੀਕਾ ਹੁੰਦਾ, ਇੱਕ ਹੁੰਦਾ ਓਲਡ, ਇੱਕ ਹੁੰਦਾ ਉਹ ਬੁੱਢੇ। ਤੁਸੀਂ ਮਲਿਆਲਮ ਮੂਵੀ 'ਚ ਕਿਵੇਂ ਤੁਹਾਨੂੰ ਇਹ ਮੌਕਾ ਮਿਲਿਆ? ਫਿਰ ਤੁਸੀਂ ਤਮਿਲ ਮੂਵੀ 'ਚ ਵੀ ਕੰਮ ਕੀਤਾ, ਰਜਨੀਕਾਂਤ ਵਰਗੇ ਵੱਡੇ ਐਕਟਰ ਨਾਲ ਕੰਮ ਕੀਤਾ, ਸਲਮਾਨ ਖਾਨ ਨਾਲ ਕੀਤਾ। ਜਦੋਂ ਵੀ ਅਸੀਂ ਇਸ਼ਤਿਹਾਰ ਦੇਖਦੇ ਹਾਂ ਜੀ, ਮਾਡਲਿੰਗ ਕੇ ਲਈ ਲੜਕੇ ਲੜਕੀਓਂ ਕੀ ਆਵਸ਼ਕਤਾ ਜੀ, ਉਸ 'ਤੇ ਲਿਖਿਆ ਹੁੰਦਾ ਨਾ ਕਿ ਉਮਰ 25 ਸਾਲ, ਹਾਈਟ ਇਤਨੀ, ਵੇਟ ਇਤਨਾ, ਹੈ ਨਾ। ਤੁਸੀਂ ਤਾਂ ਸਾਰਾ ਕੁਝ ਹੀ ਕ੍ਰੋਸ ਕਰ ਗਏ ਸੀ। ਤੁਸੀਂ ਇੱਕ ਮਾਡਲ ਐਕਟਰ ਹੈਗੇ ਹੋ, ਇੱਕ ਮਾਡਲ ਐਕਟਰ ਕੋਈ 25 ਸਾਲਾਂ ਦਾ ਵੀ, ਤੁਸੀਂ 65 ਸਾਲਾਂ ਦੇ ਹੈਗੇ। ਮੈਂ ਨੰਬਰ ਦੀ ਗੱਲ ਕਰ ਰਿਹਾ ਸਿਰਫ, ਹੈ ਨਾ, ਫੈਸ਼ਨ ਦੀ ਗੱਲ ਅਲੱਗ ਹੋ ਸਕਦੀ ਹੈ। ਸਰਪ੍ਰਾਈਜ਼ ਹੁੰਦੇ ਸਾਹਮਣੇ ਵਾਲੇ ਯਾਰ, ਇਹ ਕਿਵੇਂ ਧੂੰਏ ਉੱਠ ਜਾਂਦੇ। ਤੁਸੀਂ ਆਪਣੀ ਲਾਈਫ ਤੋਂ ਪੰਜਾਬ ਦੇ ਮੁੰਡਿਆਂ ਨੂੰ, ਪੰਜਾਬ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਬਹੁਤ ਲੇਟ ਸ਼ੁਰੂ ਕੀਤਾ ਔਰ ਬਹੁਤ ਕੁਝ ਅਚੀਵ ਕੀਤਾ ਬਹੁਤ ਘੱਟ ਸਮੇਂ 'ਚ। ਆਪਣੇ ਉੱਪਰ ਜਿਹੜਾ ਹੋਲਡ ਹੈ, ਇੱਕ ਪਕੜ ਹੈ ਜੀਵਨ ਦੇ ਉੱਪਰ, ਜ਼ਿੰਦਗੀ ਦੇ ਉੱਪਰ, ਉਹ ਕਦੀ ਗਿਵ ਅਪ ਕਰਨੀ ਨਹੀਂ ਚਾਹੀਦੀ। ਲਾਈਫ ਤੁਹਾਨੂੰ ਇੱਕੋ ਵਾਰੀ ਮਿਲਣੀ ਹੈ। ਤੁਹਾਨੂੰ ਕੋਈ ਫਾਦਰ ਕਹਿਣ ਵਾਲਾ, ਕੋਈ ਬ੍ਰਦਰ ਕਹਿਣ ਵਾਲਾ, ਦੋਸਤ ਕਹਿਣ ਵਾਲਾ, ਕੁਛ ਵੀ ਕਹਿਣ ਵਾਲਾ ਤਾਂਹੀਓ ਤੱਕ ਹੈ ਜਦੋਂ ਤੱਕ ਤੁਸੀਂ ਠੀਕ ਹੈਗੇ ਹੋ। ਲਵ ਯੂਅਰ ਸੈਲਫ। ਪੈਂਹਠ ਸਾਲ ਦੇ ਨੌਜਵਾਨ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਉਣ ਜਾ ਰਿਹਾ। ਮੈਂ ਨੌਜਵਾਨ ਇਸ ਕਰਕੇ ਕਹਿ ਰਿਹਾ ਕਿਉਂਕਿ ਜਦੋਂ ਇਹਨਾਂ ਨਾਲ ਤੁਸੀਂ ਮਿਲੋਗੇ ਤਾਂ ਜਿਹੜੇ 25 ਸਾਲ ਵਾਲੇ ਨੇ ਉਹ ਇੱਕ ਵਾਰੀ ਸਾਹਮਣੇ ਤਾਂ ਨਹੀਂ, ਪਿੱਛੇ ਜਾ ਕੇ ਜ਼ਰੂਰ ਸੋਚਣਗੇ ਕਿ ਯਾਰ ਲੱਗਦਾ ਸਾਨੂੰ ਵੀ ਕੁਝ ਕਰੈਕਟ ਕਰਨ ਦੀ ਆਪਣੇ ਆਪ 'ਚ ਲੋੜ ਹੈ। PTC ਦੇ ਸਟੂਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਸਾਡੇ ਲਈ ਟਾਈਮ ਕੱਢਿਆ। ਦਿਨੇਸ਼ ਮੋਹਨ ਜੀ, ਮੈਂ ਤੁਹਾਨੂੰ ਕਿਹਾ ਕਿ 65 ਸਾਲ ਦਾ ਨੌਜਵਾਨ ਜੀ, ਮੈਂ ਕਰੈਕਟ ਗਿਆ? ਦੇਖੋ, ਬਾਇਓਲੋਜੀਕਲੀ ਏਜ ਤਾਂ ਤੁਹਾਡੀ ਵੱਧਦੀ ਹੈ ਹਮੇਸ਼ਾ, ਮਗਰ ਉਹਨੂੰ ਤੁਸੀਂ ਕਿੰਝ ਟੈਕਲ ਕਰਨਾ, ਆਪਣੇ ਆਪ ਨੂੰ ਕਿਸ ਸਟੇਜ 'ਤੇ ਲੈ ਕੇ ਆਉਣਾ, ਉਹ ਤੁਹਾਡੇ ਹੱਥ 'ਚ ਹੈ। ਸੋ ਅੰਦਰੋਂ ਮੈਂ ਹਾਲੀ, ਯੂਅਰ ਰਾਈਟ, ਨੌਜਵਾਨ ਹੀ ਹੈਗਾ। ਇਹ ਕਹਿੰਦੇ ਮੈਂ ਰਿਟਾਇਰ ਨਹੀਂ ਹੋਣਾ, 65 ਸਾਲ ਜਦੋਂ ਲੋਕ ਰਿਟਾਇਰ ਹੋ ਜਾਂਦੇ ਆ, ਤੁਸੀਂ ਕਹਿਣਾ ਕਿ ਰਿਟਾਇਰ ਨਹੀਂ ਹੋਣਾ, ਇਹਦੇ ਪਿੱਛੇ ਦੀ ਕੀ ਥਿਉਰੀ ਹੈ? ਦੇਖੋ, ਮੇਰੀ ਇੱਕ ਵੀਡੀਓ ਦੇ ਉੱਪਰ ਕਿਸੇ ਨੇ ਕਮੈਂਟ ਕੀਤਾ ਕਿ ਤਾਓ ਅਬ ਤੋਂ ਰਿਟਾਇਰਮੈਂਟ ਲੈ ਲੇ, ਅਤੇ ਮੈਂ ਉਹਨੂੰ ਜਵਾਬ ਦਿੱਤਾ ਕਿ ਭਾਈ, ਇਹ ਰਿਟਾਇਰਮੈਂਟ ਕੀ ਹੀ ਲਾਈਫ ਮੇਰੀ ਚੱਲ ਰਹੀ ਹੈ। ਸੋ ਇਹੀਓ ਮੇਰੀ ਰਿਟਾਇਰਡ ਲਾਈਫ ਹੈ। ਆਈ ਐਮ ਇੰਜੋਇੰਗ ਮਾਈ ਲਾਈਫ, ਔਰ ਆਪਣਾ ਜੋ ਕੰਮ ਆ ਰਿਹਾ ਉਹਨੂੰ ਪੂਰੀ ਸ਼ਿੱਦਤ ਦੇ ਨਾਲ ਮੈਂ ਕਰ ਰਿਹਾ। ਔਰ ਰਿਟਾਇਰਮੈਂਟ ਕੀ ਹੁੰਦਾ? ਰਿਟਾਇਰਮੈਂਟ ਇਜ਼ ਜਸਟ ਅ ਟਰਮ, ਔਰ ਉਹ ਮੇਰੀ ਵੋਕੈਬਲਰੀ 'ਚ, ਮੇਰੀ ਡਿਕਸ਼ਨਰੀ 'ਚ ਉਹ ਟਰਮ ਹੈਗੀ ਹੀ ਨਹੀਂ ਹੈ। ਸੋ ਮੈਂ ਪਲਾਨ ਕਰ ਰਿਹਾ ਕਿ ਜਦੋਂ ਤੱਕ ਮੇਰਾ ਸਰੀਰ ਚੱਲ ਰਿਹਾ, ਮੇਰਾ ਦਿਮਾਗ ਚੱਲ ਰਿਹਾ, ਮੈਂ ਇਸੇ ਤਰ੍ਹਾਂ ਨਾਲ ਅੱਗੇ ਵੱਧਦਾ ਰਹਾਂ। ਵਾਈ ਰਿਟਾਇਰ? ਜਿੰਨਾ ਮੈਂ ਅੰਦਾਜ਼ਾ ਲਾਇਆ ਕਿ 57 ਸਾਲ 'ਚ ਲੋਕ ਰਿਟਾਇਰਮੈਂਟ ਬਾਰੇ ਸੋਚਣ ਲੱਗ ਜਾਂਦੇ ਆ ਕਿ ਯਾਰ ਮੈਂ ਕੋਈ ਘਰ ਬਣਾ ਲਵਾਂ, ਕੋਈ ਮੇਰੀ ਸੇਵਿੰਗਸ ਹੋਣ, ਤਾਂ ਉਸ ਤੋਂ ਬਾਅਦ ਮੈਂ ਥੋੜ੍ਹੀ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਬਤੀਤ ਕਰਾਂ ਜੀ। ਪਰ 57 ਸਾਲ ਬਾਅਦ ਜੇ ਮੈਨੂੰ ਕਰੈਕਟ ਕਰਨਾ, ਤੁਸੀਂ ਉਦੋਂ ਆਪਣਾ ਕਰੀਅਰ ਇੱਕ ਪੀਕ 'ਤੇ ਲੈ ਕੇ ਜਾਣਾ ਸ਼ੁਰੂ ਕੀਤਾ ਜੀ, ਹੈ ਨਾ, ਉਸ ਤੋਂ ਪਹਿਲਾਂ ਜੋ ਤੁਹਾਡੀ ਸਟਰਗਲ ਵਾਲੀ ਲਾਈਫ ਬਾਰੇ ਜੇ ਤੁਸੀਂ ਕੁਝ ਦੱਸਣਾ ਚਾਹੋ। ਹਾਂ, ਮੇਰਾ ਬਹੁਤ ਲੰਬਾ ਸਟਰਗਲ ਰਿਹਾ। ਮੇਰੇ ਕੁਝ ਪਰਸਨਲ ਸਰਕਮਸਟਾਂਸਿਸ ਐਸੇ ਹੋ ਗਏ ਸੀ
ਕਿ ਡਿਪਰੈਸ਼ਨ ਤੋਂ ਮੈਂ ਸਫ਼ਰ ਕਰਨ ਲੱਗ ਗਿਆ। ਸ਼ੁਰੂ ਵਿੱਚ ਤਾਂ ਮੈਂ ਰਿਲਾਈਜ਼ ਹੀ ਨਹੀਂ ਕੀਤਾ, ਬਿਕੋਜ਼ ਸਾਡੇ ਕੰਟਰੀ 'ਚ ਐਡੀ ਨੌਲੇਜ ਉਸ ਵੇਲੇ ਡਿਪਰੈਸ਼ਨ ਦੇ ਉੱਪਰ ਐਡੀ ਬਾਤਚੀਤ ਜਾਂ ਕਨਵਰਸੇਸ਼ਨ ਹਾਂਜੀ ਹੁੰਦੀ ਨਹੀਂ ਸੀ। ਸੋ ਮੈਂ ਰੈਕਗਨਾਈਜ਼ ਨਹੀਂ ਕਰ ਸਕਿਆ। ਮੈਨੂੰ ਲੱਗਿਆ ਠੀਕ ਹੈ, ਜੋ ਮੇਰੇ ਸਰਕਮਸਟਾਂਸਿਸ ਹੈ, ਹੋ ਸਕਦਾ ਉਹਨਾਂ ਦੀ ਵਜ੍ਹਾ ਨਾਲ ਮੇਰਾ ਮੂਡ ਥੋੜ੍ਹਾ ਲੋ ਜਾ ਰਿਹਾ ਹੋਏ, ਮਗਰ ਉਹ ਧੀਰੇ ਧੀਰੇ ਫਿਰ ਕਿਉਂਕਿ ਉਹਦਾ ਇਲਾਜ ਨਹੀਂ ਹੋਇਆ, ਮੈਂ ਉਹਨੂੰ ਐਡਰੈਸ ਨਹੀਂ ਕਰ ਸਕਿਆ, ਉਹ ਬਹੁਤ ਵੱਡੀ ਮੈਂਟਲ ਏਲਮੈਂਟ ਬਣ ਗਿਆ। ਔਰ ਇੱਕ ਬਹੁਤ ਲੰਬਾ ਸਟਰਗਲ ਆਲਮੋਸਟ 14 ਸਾਲ ਦਾ, 13-14 ਸਾਲ ਦਾ ਉਹ ਮੇਰੀ ਲਾਈਫ ਵਿੱਚ ਚੱਲਿਆ, ਜਿਹਦੇ ਵਿੱਚ ਮੈਂ ਡਿਪਰੈਸ਼ਨ, ਵੇਟ ਗੇਨ, ਲੋਸ ਆਫ ਮੋਟਰ ਫੰਕਸ਼ਨਸ, ਵਰਟਾਈਗੋ, ਹਾਰਟ ਪ੍ਰੋਬਲਮ, ਡਾਇਬਟੀਜ਼, ਇਸ ਤਰ੍ਹਾਂ ਦੀ ਕਈ ਬਿਮਾਰੀਆਂ ਤੋਂ, ਔਰ ਯਕੀਨ ਮੰਨੋ ਮੋਸਟਲੀ ਬਿਮਾਰੀਆਂ ਜਿਹੜੀਆਂ ਉਹ ਡਿਪਰੈਸ਼ਨ ਦਾ ਨਤੀਜਾ ਸੀ। ਡਿਪਰੈਸ਼ਨ ਵਾਜ਼ ਦਾ ਮੇਨ ਏਲਮੈਂਟ, ਔਰ ਉਹਦੀ ਵਜ੍ਹਾ ਨਾਲ ਹੋਰ ਜਿਹੜੇ ਇਸ਼ੂਜ਼ ਨੇ ਉਹ ਸਾਰੇ ਇਕੱਠੇ ਹੁੰਦੇ ਗਏ, ਔਰ ਮੈਨੂੰ ਕੁਝ ਸਮਝ ਨਹੀਂ ਆਇਆ, ਔਰ ਇੱਕ ਐਸੇ ਬੋਟਮਲੈਸ ਡਾਰਕ ਪਿੱਟ ਦੇ ਵਿੱਚ ਮੈਂ ਅੰਦਰ ਗਿਰਦਾ ਹੀ ਗਿਆ, ਜਿੱਥੇ ਮੈਨੂੰ ਕੋਈ ਤਲਾ ਜਾਂ ਕੋਈ ਉੱਪਰ ਆਉਣ ਦਾ ਸੋਰਸ ਮੈਨੂੰ ਨਜ਼ਰ ਉਸ ਵੇਲੇ ਆਉਂਦਾ ਹੀ ਨਹੀਂ ਸੀ। ਸੋ ਕਾਫੀ ਲੰਬਾ ਟਾਈਮ ਮੇਰਾ ਉਹ ਪੀਰੀਅਡ ਚੱਲਿਆ ਲਾਈਫ ਦਾ। ਅਤੇ ਤੁਸੀਂ ਜਦੋਂ, ਕਿਉਂਕਿ ਮੈਂ ਇੱਕ ਗੱਲ ਦੱਸ ਦੇਵਾਂ ਕਿ ਜੋ ਦਿਨੇਸ਼ ਮੋਹਨ ਜੀ ਤੁਹਾਡੇ ਸਾਹਮਣੇ ਅੱਜ ਦਿਖ ਰਹੇ ਨੇ, ਇਸ ਤੋਂ ਬਿਲਕੁਲ ਉਲਟ ਸੀ ਅੱਜ ਤੋਂ ਕੁਝ ਸਾਲ ਪਹਿਲਾਂ, ਪਰ ਇਹਨਾਂ ਨੇ ਆਪਣੇ ਆਪ 'ਤੇ ਕੰਮ ਕੀਤਾ ਔਰ ਆਪਣੀ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਰਿਅਲਾਈਜ਼ ਕੀਤੀਆਂ, ਫਿਰ ਓਵਰਕਮ ਵੀ ਕੀਤਾ। ਤੁਸੀਂ ਇਸ ਤੋਂ ਪਹਿਲਾਂ ਕਿਸੇ ਸਰਕਾਰੀ ਨੌਕਰੀ 'ਚ ਸੀ ਜਦੋਂ, ਕਿਉਂਕਿ ਸਰਕਾਰੀ ਨੌਕਰੀ ਵਾਲਾ ਬੰਦੇ ਨੂੰ ਤੁਸੀਂ ਇਮੇਜਿਨ ਕਰ ਸਕਦੇ ਕਿ ਉਹ 9-5 ਵਾਲੀ ਜੋਬ ਕਰਦਾ, ਉਸ ਤੋਂ ਬਾਅਦ ਆਪਣੀ ਲਾਈਫ ਦੇ ਵਿੱਚ ਸੈਟਲ ਹੋ ਜਾਂਦਾ, ਪਰ ਇਹਨਾਂ ਦੀ ਲਾਈਫ ਬਿਲਕੁਲ ਉਬੜ ਖਾਬੜ ਰਹੀ ਹੈ ਜੀ। ਅਤੇ ਉਹ ਤੁਸੀਂ ਸਰਕਾਰੀ ਜੋਬ ਤੋਂ ਬਾਅਦ ਫਿਰ ਤੁਸੀਂ ਘਰ ਬੈਠ ਗਏ ਜੀ। ਬਿਲਕੁਲ, ਕਹਿੰਦੇ ਆ ਨਾ ਕਿ ਤੁਸੀਂ ਜਿੰਨਾ ਵੀ ਪਲਾਨ ਕਰ ਲਓ ਔਰ ਉੱਪਰ ਵਾਲੇ ਦੀ ਪਲੈਨਿੰਗ ਦੇ ਅੱਗੇ ਉਹ ਸਭ ਕੁਝ ਕਈ ਵਾਰੀ ਫੇਲ ਹੋ ਜਾਂਦਾ। ਬਿਲਕੁਲ, ਸਰਕਾਰੀ ਨੌਕਰੀ ਕਰਦਾ ਸੀ, 9-5 ਜੋਬ ਸੀ, ਬੜੀ ਅੱਛੀ ਜੋਬ ਸੀ, ਔਰ ਸਰਕਾਰੀ ਬਾਬੂਆਂ ਵਾਲਾ ਮੇਰਾ ਐਟੀਚਿਊਡ ਸੀ, ਮਗਰ ਫਿਰ ਸਰਕਮਸਟਾਂਸਿਸ ਐਸੇ ਹੋ ਗਏ ਕਿ ਮੈਨੂੰ ਉਹ ਜੋਬ ਜਿਹੜੀ ਆ ਉਹ ਛੱਡਣੀ ਪਈ। ਮੇਰੀ ਬਿਲਕੁਲ ਇੱਛਾ ਨਹੀਂ ਸੀ, ਕਿਉਂਕਿ ਮੈਂ ਵੀ ਬਹੁਤ ਮਿਹਨਤ ਕਰਕੇ ਉਸ ਪੋਜੀਸ਼ਨ ਤੱਕ ਪਹੁੰਚਿਆ ਸੀ, ਪਰ ਆਪਣੇ ਹਾਲਾਤ ਦੀ ਵਜ੍ਹਾ ਨਾਲ ਮੈਨੂੰ ਹੋਰ ਕੋਈ ਚਾਰਾ ਉਸ ਵੇਲੇ ਨਜ਼ਰ ਨਹੀਂ ਆਇਆ। ਮੈਂ ਜੋਬ ਛੱਡ ਦਿੱਤੀ ਔਰ ਫਿਰ ਜਦੋਂ ਮੈਂ ਬੈਠ ਕੇ ਸੋਚਿਆ ਕਿ ਲਾਈਫ ਵਿੱਚ ਮੇਰੇ ਨਾਲ ਕੀ ਹੋ ਗਿਆ, ਤਾਂ ਫਿਰ ਉਹ ਡਿਪਰੈਸ਼ਨ ਔਰ ਉਹ ਸਾਰੀ ਸਟਰਗਲ ਜੋ ਹੈ ਉਹ ਇੱਕਦਮ ਸਟਾਰਟ ਹੋ ਗਈ। ਔਰ ਸ਼ੁਰੂ 'ਚ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਲੱਗਿਆ ਹੋਣਾ ਕਿ ਹੋ ਕੀ ਰਿਹਾ ਮੇਰੇ ਨਾਲ। ਬਿਲਕੁਲ ਵੀ ਸਮਝ ਹੀ ਨਹੀਂ ਆਈ, ਸਮਝ ਹੀ ਨਹੀਂ ਆਈ, ਔਰ ਧੀਰੇ ਧੀਰੇ ਵੱਧਦਾ ਗਿਆ। ਫਿਰ ਇੱਕ ਦੋ ਲੋਕਾਂ ਨੂੰ ਕੰਸਲਟ ਕੀਤਾ, ਰਿਸ਼ਤੇਦਾਰਾਂ ਨਾਲ ਗੱਲ ਕੀਤੀ, ਮੇਰੀ ਸਿਸਟਰ ਹੈ, ਬ੍ਰਦਰ ਇਨ ਲਾਅ ਹੈ ਜਿਨ੍ਹਾਂ ਦੇ ਨਾਲ ਮੈਂ ਰਹਿੰਦਾ ਸੀ, ਹੁਣ ਤੱਕ ਰਹਿੰਦਾ, ਉਹਨਾਂ ਨਾਲ ਗੱਲ ਕੀਤੀ। ਫਿਰ ਸਭ ਨੇ ਸੁਜੈਸਟ ਕੀਤਾ ਕਿ ਪ੍ਰੋਫੈਸ਼ਨਲ ਕੌਂਸਲਿੰਗ ਐਸੀ ਸਟੇਜ 'ਚ ਬਹੁਤ ਜ਼ਰੂਰੀ ਹੈ, ਸੋ ਉਹ ਸ਼ਰਮ ਜਿਹੜੀ ਆ, ਉਹ ਸਟਿਗਮਾ ਜਿਹੜਾ ਉਹਨੂੰ ਉਤਾਰੋ, ਇਹ ਪਾਗਲਪਨ ਨਹੀਂ ਹੈ, ਇਟਸ ਅ ਮੈਂਟਲ ਏਲਮੈਂਟ ਜੋ ਹੋਰ ਕਿਸੇ ਵੀ ਬਿਮਾਰੀ ਦੀ ਤਰ੍ਹਾਂ ਹੈ। ਸੋ ਫਿਰ ਮੈਂ ਬੋਲਡ ਬਣ ਕੇ ਥੋੜ੍ਹਾ ਔਰ ਫਰੈਂਕ ਬਣ ਕੇ ਹਿੰਮਤ ਕਰਕੇ ਇਨਕਰੇਜਮੈਂਟ ਲੈ ਕੇ ਸਭ ਤੋਂ ਮੈਂ ਫਿਰ ਸਾਈਕੀਆਟ੍ਰਿਕ ਟ੍ਰੀਟਮੈਂਟ ਲੈਣਾ ਸ਼ੁਰੂ ਕੀਤਾ ਸੀ। ਜਦੋਂ ਇਹ ਰਿਵਾਈਵਲ ਦਾ ਦੌਰ ਸ਼ੁਰੂ ਹੋਇਆ ਉਦੋਂ ਤੁਹਾਡਾ ਜੋ ਵੇਟ ਗੇਨ, ਤੁਸੀਂ ਕਿਹਾ ਤੁਸੀਂ ਵੇਟ ਗੇਨ ਕਰ ਲਿਆ, ਤੁਸੀਂ ਉਸ ਤਰ੍ਹਾਂ ਦੇ ਮੈਂਟਲ ਸਟੇਟ 'ਚ ਚਲੇ ਗਏ ਸੀ, ਇਸ ਨੂੰ ਜਦੋਂ ਆਪਾਂ ਵੇਟ ਗੇਨ ਤੋਂ ਸ਼ੁਰੂ ਕਰੀ, ਜਦੋਂ ਉਹ ਤੁਸੀਂ ਉਹਨੂੰ ਖਤਮ ਕਰਨਾ ਸ਼ੁਰੂ ਕੀਤਾ, ਕਿੰਨੇ ਤੇ ਤੁਸੀਂ ਸੀ ਔਰ ਕਿੰਨੇ ਤੇ ਆ ਕੇ ਤੁਸੀਂ ਰੁਕੇ? ਦੇਖੋ, ਵੇਟ ਗੇਨ ਤੇ ਐਸਾ ਹੈ ਕਿ ਮੈਂ ਹਾਰਡਕੋਰ ਪੰਜਾਬੀ ਫੈਮਿਲੀ ਤੋਂ ਬਿਲੋਂਗ ਕਰਨਾ, ਸੋ ਵੇਟ ਤੇ ਸਾਡੇ ਖਾਨਦਾਨ ਵਿੱਚ ਹਮੇਸ਼ਾ ਤੋਂ ਰਿਹਾ ਹੀ ਹੈ। ਜਦੋਂ ਵੀ ਕੋਈ ਮਿਲਦਾ ਉਹ ਕਹਿੰਦਾ ਉਹ ਤੂੰ ਮੋਟਾ ਹੋ ਗਿਆ, ਤੂੰ ਮੋਟੀ ਹੋ ਗਈ, ਤੂੰ ਪਤਲਾ ਹੋ ਗਿਆ, ਕੀ। ਸੋ ਉਹ ਮੇਰੇ ਨਜ਼ਰ 'ਚ ਕੋਈ ਐਸਾ ਇਸ਼ੂ ਨਹੀਂ ਸੀ, ਪਰ ਉਹ ਵੱਧਦੇ ਵੱਧਦੇ ਐਡਾ ਜ਼ਿਆਦਾ ਵੱਧ ਗਿਆ ਕਿ ਮੈਂ 135 ਕੇਜੀਜ਼ ਦਾ ਹੋ ਗਿਆ। ਔਰ ਉਸ ਵੇਟ ਦੀ ਵਜ੍ਹਾ ਨਾਲ, ਔਰ ਕਿਉਂਕਿ ਮੈਂ ਡਿਪਰੈਸਡ ਸੀ, ਸੈਲਫ ਡਿਸਟਰਕਟਿਵ ਸੀ, ਲੇਜ਼ੀ ਸੀ, ਉਸ ਵਜ੍ਹਾ ਨਾਲ ਮੈਂ ਬੈੱਡ ਰਿਡਨ ਹੋ ਗਿਆ ਸੀ, ਮੈਨੂੰ ਲੋਸ ਆਫ ਮੋਟਰ ਫੰਕਸ਼ਨਸ ਹੋ ਗਿਆ। ਕਿੰਨੀ ਦੇਰ ਤੱਕ? ਮੈਨੂੰ ਲੋਸ ਆਫ ਮੋਟਰ ਫੰਕਸ਼ਨਸ ਰਿਹਾ ਅਰਾਊਂਡ 1.5-2 ਸਾਲ। 1.5-2 ਸਾਲ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲੇ? ਨਹੀਂ, ਘਰ ਤੋਂ ਬਾਹਰ ਤਾਂ ਮੈਂ ਉਸ ਤੋਂ ਪਹਿਲੇ 10-11 ਸਾਲ ਨਹੀਂ ਨਿਕਲਿਆ ਸੀ, ਮੈਂ ਬੈੱਡ ਦੇ ਉੱਪਰ ਲੱਗ ਗਿਆ ਉਸ ਪੀਰੀਅਡ 'ਚ। ਅਰਾਊਂਡ 9-10 ਮੰਥਸ ਆਈ ਵਾਜ਼ ਬੈੱਡ ਰਿਡਨ ਬਿਕੋਜ਼ ਆਫ ਦੈਟ ਲੋਸ ਆਫ ਮੋਟਰ ਫੰਕਸ਼ਨ ਜਿਹੜਾ ਮੈਨੂੰ ਹੋਇਆ। ਤੁਸੀਂ ਉਸ ਤੋਂ ਪਹਿਲੇ ਮੈਂ ਆਪਣੇ ਘਰ 'ਚ ਹੀ ਬੰਦ ਸੀ, ਆਪਣੇ ਰੂਮ 'ਚ ਹੀ ਬੰਦ ਸੀ, ਕਿਉਂਕਿ ਡਿਪਰੈਸ। ਕਿੰਨੇ ਸਾਲ? 11 ਜਾਂ 12 ਸਾਲ
11 12 ਸਾਲ ਇੱਕ ਸ਼ਖਸ ਘਰ 'ਚ ਰਹਿੰਦਾ ਹੈ ਜੀ, 1.5-2 ਸਾਲ ਬੈੱਡ 'ਤੇ ਰਹਿੰਦਾ ਜੀ, ਬਿਲਕੁਲ, ਅਤੇ ਉਸ ਤੋਂ ਬਾਅਦ ਉਹਦੀ ਜਰਨੀ ਮੁੜ ਤੋਂ ਸ਼ੁਰੂ ਹੁੰਦੀ ਹੈ। ਹਾਂ, ਬਸ ਉਹ ਫਿਰ ਐਨਕਰੇਜਮੈਂਟ ਆਈ, ਮੇਰੇ ਬ੍ਰਦਰ ਇਨ ਲਾਅ ਨੇ, ਮੇਰੀ ਸਿਸਟਰ ਨੇ, ਸਭ ਨੇ ਮੈਨੂੰ ਕਿਹਾ ਕਿ ਇੰਟੈਲੀਜੈਂਟ ਆਦਮੀ ਸੀ ਤੂੰ ਹਮੇਸ਼ਾ, ਔਰ ਜੀਵਨ ਵਿੱਚ ਤੂੰ ਬਹੁਤ ਉਤਾਰ ਚੜ੍ਹਾਅ ਦੇਖੇ ਹੈ ਐਸੇ ਜੋ ਤੇਰੇ ਹੱਥ 'ਚ ਨਹੀਂ ਸੀ, ਜੋ ਤੇਰੀ ਵਜ੍ਹਾ ਨਾਲ ਨਹੀਂ ਹੋਏ, ਮਤਲਬ ਹਾਲਾਤ ਐਸੇ ਹੋ ਗਏ ਸੀ, ਉਹ ਮੇਰੇ ਸੈਲਫ ਕ੍ਰੀਏਟਿਡ ਨਹੀਂ ਸੀ। ਸੋ ਹਿੰਮਤ ਕਰੋ ਔਰ ਲੜੋ ਉਹਨਾਂ ਦੇ ਨਾਲ ਔਰ ਉੱਪਰ ਉੱਠੋ, ਕਦੋਂ ਤੱਕ ਇੰਝ ਪਏ ਰਹੋਗੇ ਔਰ ਸਾਡੀ ਵੀ ਔਰ ਆਪਣੀ ਵੀ ਜ਼ਿੰਦਗੀ ਖਰਾਬ ਕਰਦੇ ਰਹੋਗੇ। ਜਦੋਂ ਉਹ ਸਿਚੁਏਸ਼ਨ ਤੋਂ ਤੁਸੀਂ ਗੋ ਥਰੂ ਹੋ ਰਹੇ ਸੀ ਜੀ, 10 ਸਾਲ ਤੁਸੀਂ ਦੱਸਿਆ ਕਿ ਮੈਂ ਘਰ 'ਚ ਲਗਭਗ ਬੰਦ ਵਰਗਾ ਰਿਹਾ ਜੀ, 1.5-2 ਸਾਲ ਜਦੋਂ ਬੰਦਾ ਬੈੱਡ 'ਤੇ ਪੈ ਜਾਵੇ ਅਤੇ ਉਸ ਤੋਂ ਬਾਅਦ ਸ਼ਾਇਦ ਕੋਈ ਹੋਊਗਾ ਕਿ ਚਮਤਕਾਰ ਹੀ ਹੋਊਗਾ ਕਿ ਮੈਂ ਬਾਹਰ ਨਿਕਲਾਂਗਾ ਇਸ ਤੋਂ ਕਿ ਨਹੀਂ ਨਿਕਲਾਂ, ਬੰਦਾ ਫਿਰ ਉਹ ਆਪਣੇ ਲਾਸਟ ਲੈਗਸ ਨੂੰ ਗਿਣ ਰਿਹਾ ਹੁੰਦਾ ਕਿ ਅੱਜ ਨਹੀਂ ਤਾਂ ਕੱਲ੍ਹ ਨਹੀਂ, ਹੈ ਨਾ। ਬਿਲਕੁਲ, ਫਿਰ ਉਹ ਕਿਹੜਾ ਹਲੂਣਾ ਸੀ ਤੁਹਾਨੂੰ ਕਿ ਇੱਕਦਮ ਤੁਹਾਨੂੰ ਨਿਕਲਿਆ ਕਿ ਚਲੋ ਜੀ ਬਾਹਰ? ਦੇਖੋ, ਅੰਦਰ ਮੇਰੇ ਬਹੁਤ ਦੇਰ ਦਾ ਇਹ ਚੀਜ਼ ਜਿਹੜੀ ਆ ਉਹ ਵੱਧ ਰਹੀ ਸੀ, ਬਿਲਟ ਅਪ ਹੋ ਰਹੀ ਸੀ, ਇੱਕ ਸਲੋਲੀ ਬਿਲਟ ਅਪ ਹੋ ਰਿਹਾ ਸੀ ਕਿ ਮੈਂ ਆਪਣੀ ਲਾਈਫ ਦਾ ਖੁਦ ਕੀ ਕਰ ਲਿਆ। ਅਗਰ ਮੇਰੇ ਰਿਸਪੋਂਸਿਸ ਜਾਂ ਮੇਰੇ ਚੋਇਸਿਸ ਡਿਫਰੈਂਟ ਹੁੰਦੇ ਤਾਂ ਸ਼ਾਇਦ ਮੇਰੇ ਹਾਲਾਤ ਉਹ ਨਾ ਹੁੰਦੇ ਜਿਹੜੇ ਹੋ ਗਏ ਸੀ, ਔਰ ਕਿਉਂਕਿ ਹਮੇਸ਼ਾ ਤੋਂ ਐਕਟਿਵ ਇਨਸਾਨ ਰਿਹਾ ਸੀ, ਸੋ ਮੇਰੇ ਅੰਦਰੋਂ ਇੱਕ ਕ੍ਰਾਂਤੀ ਜਿਹੀ ਅਜੀਬ ਜਿਹੀ ਹਮੇਸ਼ਾ ਚੱਲਦੀ ਰਹਿੰਦੀ ਸੀ। ਬਟ ਤੁਸੀਂ ਬਿਲਕੁਲ ਸਹੀ ਕਿਹਾ, ਉਹ ਸਟੇਜ ਮੇਰੀ ਲਾਈਫ ਦੀ ਐਸੀ ਆ ਗਈ ਸੀ ਜਿਹਦੇ ਵਿੱਚ ਮੈਨੂੰ ਵਾਕਈ ਇਹ ਲੱਗਦਾ ਸੀ ਕਿ ਹੁਣ ਮੈਂ ਕਦੀ ਦੁਬਾਰਾ ਉੱਠ ਕੇ ਚੱਲ ਨਹੀਂ ਸਕਾਂਗਾ। ਇੱਕ ਮਤਲਬ ਸਪਨਾ ਜਿਹਾ ਬਣ ਗਿਆ ਸੀ, ਇੰਪੋਸੀਬਲ ਡ੍ਰੀਮ ਬਣ ਗਿਆ ਸੀ ਕਿ ਮੈਂ ਕਦੀ 10 ਕਦਮ ਵੀ ਚੱਲ ਸਕਾਂਗਾ। ਪਰ ਉਹ ਕਿਉਂਕਿ ਇੱਛਾ ਹਮੇਸ਼ਾ ਤੋਂ ਸੀ ਅੰਦਰ ਕਿ ਮੇਰਾ ਕੋਈ ਕਸੂਰ ਨਹੀਂ ਸੀ, ਮੈਂ ਦੂਸਰਿਆਂ ਦਾ ਕਸੂਰ ਆਪਣੇ ਉੱਪਰ ਲਿਆ, ਦੂਸਰਿਆਂ ਦੀ ਵਜ੍ਹਾ ਨਾਲ ਮੈਂ ਸਫ਼ਰ ਕੀਤਾ, ਸੋ ਮੈਂ ਆਪਣੇ ਆਪ ਨੂੰ ਸਜ਼ਾ ਕਿਉਂ ਦੇਵਾਂ? ਔਰ ਮੈਂ ਡਿਸਾਈਡ ਕੀਤਾ ਕਿ ਚਲੋ ਬਾਕੀ ਚੀਜ਼ਾਂ ਦੇਖੀ ਜਾਣਗੀਆਂ, ਡਾਕਟਰ ਸਾਰੇ ਕਹਿ ਰਹੇ ਹੈ ਕਿ ਵੇਟ ਦੀ ਵਜ੍ਹਾ ਨਾਲ ਤੂੰ ਐਡਾ ਬਿਮਾਰ ਹੈ, ਤੇ ਚਲੋ ਘੱਟੋ ਘੱਟ ਵੇਟ ਤੇ ਆਪਣੇ ਹੱਥ 'ਚ ਹੈ। ਬਿਲਕੁਲ, ਬਿਮਾਰੀਆਂ ਦੇ ਚਲੋ ਠੀਕ ਹੈ, ਡਾਕਟਰਾਂ ਦੇ ਹੱਥ 'ਚ ਹੈ ਜਾਂ ਦਵਾਈਆਂ ਜਾਂ ਜੋ ਵੀ ਹੈ, ਤੂੰ ਵੇਟ ਨੂੰ ਮੈਂ ਕੰਟਰੋਲ ਕਰ ਸਕਣਾ। ਸੋ ਮੈਂ ਡਿਸਾਈਡ ਕੀਤਾ ਕਿ ਹੁਣ ਮੈਂ ਵੇਟ ਲੋਸ ਕਰਕੇ ਰਹਿਣਾ, ਚਾਹੇ ਕੁਛ ਵੀ ਹੋ ਜਾਏ, ਚਾਹੇ ਮੈਂ ਬੈੱਡ 'ਤੇ ਪਵਾਂ ਰਹਾ, ਚਾਹੇ ਮੈਂ ਮਰ ਜਾਵਾਂ। ਪਰ ਜਿਹੜਾ ਸ਼ਖਸ 1.5-2 ਸਾਲ ਤੋਂ ਬੈੱਡ 'ਤੇ ਪਿਆ ਰਿਹਾ ਹੋਵੇ, ਤੁਸੀਂ ਕਿਹਾ ਕਿ 8-10 ਕਦਮ ਤੁਰਨ ਵੇਲੇ ਵੀ ਕਿਸੇ ਦੀ ਮਦਦ ਲੈਣੀ ਪੈਂਦੀ ਸੀ ਜੀ, ਫਿਰ ਇੱਕ ਸ਼ਖਸ ਜਿਮ ਜਾਂਦਾ ਹੈ, ਟ੍ਰੈਡਮਿਲ ਦੇ ਉੱਪਰ ਚੜ੍ਹਦਾ ਹੈ ਜੀ, ਉਹ ਤੁਹਾਨੂੰ ਕਦੇ ਇੱਕ ਚੀਜ਼ ਖਿੱਚਿਆ ਨਹੀਂ ਕਿ ਯਾਰ ਮੇਰੇ ਤੋਂ ਤਾਂ ਨਹੀਂ ਹੁੰਦੀ ਇਹ ਗੱਲ, ਮੈਂ ਹੁਣ ਫਿਰ ਗਿਵ ਅਪ ਕਰਦਾ, ਫਿਰ ਵਾਪਸ ਚਲੋ? ਹਾਂ, ਮਤਲਬ ਇੱਕ ਕ੍ਰੋਨੋਲੋਜੀਕਲ ਆਰਡਰ ਹੈ ਇਸ ਸਾਰੇ ਇਹਨਾਂ ਸਾਰੇ ਸੀਕੁਐਂਸਿਸ ਦਾ। ਮੈਂ ਵੇਟ ਲੋਸ ਸਟਾਰਟ ਕੀਤਾ, ਫਿਰ ਮੈਂ ਧੀਰੇ ਧੀਰੇ ਆਪਣੇ ਬੈੱਡ ਤੋਂ ਉੱਠਣਾ ਸਟਾਰਟ ਕੀਤਾ ਕਿ ਚਲੋ ਹੁਣ ਬਾਥਰੂਮ ਵਗੈਰਾ ਜਾਂ ਆਪਣੇ ਰੂਮ ਤੋਂ ਚਲੋ ਬਾਹਰ ਨਿਕਲਨੇ ਆ, ਲੋਨ ਵਿੱਚ ਬੈਠਨੇ ਆ। ਇਹ ਸਾਰਾ ਅਚੀਵ ਕਰਦੇ ਹੋਏ ਮੈਨੂੰ 8-9 ਮਹੀਨੇ ਲੱਗ ਗਏ, ਮਤਲਬ ਆਪਣੇ ਘਰ ਵਿੱਚ ਚੱਲਣ ਵਿੱਚ ਮੈਨੂੰ 8-9 ਮਹੀਨੇ। ਔਰ ਫਿਰ ਮੈਂ ਸੋਚਿਆ ਕਿ ਚਲੋ ਮੈਂ ਥੈਰੇਪੀ ਜੁਆਇਨ ਕਰਨਾ, ਤਾਂ ਮੇਰੇ ਥੈਰੇਪਿਸਟ ਨੇ, ਫਿਜ਼ੀਓਥੈਰੇਪਿਸਟ ਨੇ ਮੈਨੂੰ ਕਿਹਾ ਕਿ ਤੁਸੀਂ ਜਿਮ ਜੁਆਇਨ ਕਰੋ, ਜੋ ਐਕਟੀਵਿਟੀਜ਼ ਤੁਹਾਨੂੰ ਪਸੰਦ ਸੀ, ਸਵਿਮਿੰਗ ਕਰਨਾ, ਉਹ ਸਭ ਤੁਸੀਂ ਜੁਆਇਨ ਕਰੋ। ਨਹੀਂ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਜਿਮ ਜਾਵਾਂਗਾ ਜਾਂ ਮੈਂ ਸਵਿਮਿੰਗ ਵੀ ਕਰਾਂਗਾ। ਸੋ ਸਭ ਤੋਂ ਪਹਿਲੇ ਮੈਂ ਸਵਿਮਿੰਗ ਜੁਆਇਨ ਕੀਤੀ, ਬਿਕੋਜ਼ ਉਹ ਮੇਰੀ ਬਹੁਤ ਫੇਵਰੇਟ ਐਕਟੀਵਿਟੀ ਹੁੰਦੀ ਸੀ ਯੰਗ ਏਜ 'ਚ, ਅਤੇ ਮੇਰੇ ਬ੍ਰਦਰ ਇਨ ਲਾਅ ਮੈਨੂੰ ਲੈ ਕੇ ਗਿਆ, ਔਰ ਮੈਂ ਸਾਰੇ ਰਸਤੇ ਡਰਦਾ ਗਿਆ ਕਿ ਯਾਰ ਇਹ ਮੈਨੂੰ ਨਾ ਜੱਜ ਕਰੇਗਾ, ਕਿਉਂਕਿ ਮੇਰੇ ਤੋਂ ਡਰ ਮੈਨੂੰ ਲੱਗਣਾ ਔਰ ਮੇਰੇ ਤੋਂ ਪੂਲ 'ਚ ਅੰਦਰ ਐਂਟਰ ਹੋ ਹੀ ਨਹੀਂ ਪਾਉਣਾ। ਅਤੇ ਮੈਂ ਉਹਨੂੰ ਕਹਿੰਦਾ ਗਿਆ ਕਿ ਜੇ ਮੈਂ ਨਾ ਜਾ ਸਕਿਆ ਨਾ ਤਾਂ ਮੈਨੂੰ ਵਾਪਸ ਲੈ ਚੱਲੀ, ਅਤੇ ਉਹ ਉੱਥੋਂ ਤੱਕ ਮੇਰੇ ਨਾਲ ਗਿਆ। ਮੈਂ ਪਾਣੀ 'ਚ ਪੈਰ ਪਾਇਆ, ਮੈਨੂੰ ਬਹੁਤ ਜ਼ੋਰ ਦਾ ਚੱਕਰ ਆਇਆ ਡਰ ਦੇ ਮਾਰੇ, ਅਤੇ ਮੈਂ ਉਹਨੂੰ ਕਿਹਾ ਮੈਂ ਨਹੀਂ ਕਰ ਸਕਦਾ। ਸੋ ਹੀ ਸੈਡ ਕਿ ਹੁਣ ਮੈਂ ਤੇਰੇ ਨਾਲ ਨਾ ਤੇਰੀ ਬਿਲਕੁਲ ਸਪੋਰਟ ਨਹੀਂ ਕਰਨੀ ਹੈ, ਮੈਂ ਜਾ ਰਿਹਾ, ਤੂੰ ਚਾਹੇ ਇੱਥੇ ਬਹਿ ਚਾਹੇ ਵਾਪਸ ਆ, ਜਿੰਝ ਵੀ ਕਰਨਾ ਕਰ। ਉਹਨੇ ਬਹੁਤ ਜਾਣ ਕੇ ਇਹ ਟ੍ਰਿਕ ਪਲੇ ਕੀਤੀ ਕਿ ਮੈਂ ਉਹਨੂੰ ਚੈਲੰਜ ਕਰਾਂਗਾ ਅਤੇ ਇਹ ਅਚੀਵ ਕਰ ਲਏਗਾ। ਸੋ ਗਿਆ ਉੱਥੋਂ ਔਰ ਮੈਂ ਸਿੱਧਾ ਪੂਲ 'ਚ ਕੁੱਦ ਗਿਆ, ਔਰ ਮੈਂ ਸੋਚਿਆ ਕਿ ਠੀਕ ਹੈ ਯਾਰ ਹੁਣ ਮਰਨਾ ਜਾਂ ਤਰਨਾ, ਸੋ ਤਰ ਗਿਆ। ਦਿਨੇਸ਼ ਜੀ, ਤੁਹਾਨੂੰ ਅੱਜ ਲੋਕ ਦੇਖ ਰਹੇ ਆ ਇਸ ਪਲੇਟਫਾਰਮ ਤੋਂ, ਬਹੁਤ ਸਾਰੇ ਮਾਪੇ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਇਹ ਅੰਦਾਜ਼ਾ ਤਾਂ ਹੋਏਗਾ ਕਿ ਮੇਰੇ ਬੱਚੇ ਨਾਲ ਕੁਛ ਐਸਾ ਚੱਲ ਰਿਹਾ, ਮੈਂਟਲ ਇਲਨੈਸ ਵਰਗਾ ਚੱਲ ਰਿਹਾ।
ਪਰ ਉਹ ਸ਼ੇਮ ਦੀ ਵਜ੍ਹਾ ਦੇ ਨਾਲ ਜਾਂ ਸ਼ਾਇਦ ਡਰਦੇ ਬਾਹਰ ਨਹੀਂ ਕਹਿੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਨਾ ਕਿ ਮੈਂਟਲ ਇਲਨੈਸ ਨੂੰ, ਮਾਨਸਿਕ ਇੱਕ ਪਰੇਸ਼ਾਨੀ ਨੂੰ ਲੋਕ ਉਹਨੂੰ ਪਾਗਲਪਣ ਕਹਿਣਾ, ਸਮਾਜ ਇਹ ਕੀ ਕਹੇਗਾ, ਹੈ ਨਾ? ਤੁਸੀਂ ਕਿਉਂਕਿ ਇਸ ਤੋਂ ਨਿਕਲੋ, ਤੁਹਾਡੇ ਮੂੰਹੋਂ ਲੋਕ ਸੁਣਨਾ ਚਾਹੁੰਗੇ ਉਹਨਾਂ ਮਾਪਿਆਂ ਵਾਸਤੇ ਕਿ ਜਿਹੜੇ ਬੱਚੇ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਗੁਜ਼ਰ ਰਹੇ ਆ, ਜੋ ਲੋਕ ਵੀ ਫੈਮਿਲੀ ਮੈਂਬਰ ਗੁਜ਼ਰ ਰਹੇ ਆ, ਉਸ ਨੂੰ ਕਿਵੇਂ ਟੈਕਲ ਕੀਤਾ ਜਾਵੇ? ਦੇਖੋ, ਕਿਸੇ ਦਾ ਇਸ 'ਚ ਕਸੂਰ ਨਹੀਂ ਹੈ। ਈਵਨ ਮੈਂ ਵੀ ਜਦੋਂ ਡਿਪਰੈਸ਼ਨ ਵਿੱਚ ਸੀ ਔਰ ਮੈਂ ਆਪਣਾ ਇਲਾਜ ਕਰਾ ਕੇ ਔਰ ਜਦੋਂ ਮੈਂ ਇਸ ਇੰਡਸਟਰੀ 'ਚ ਐਂਟਰ ਕੀਤਾ, ਉਹ ਇੱਕ ਅਲੱਗ ਕਹਾਣੀ ਹੈ। ਮੈਨੂੰ ਵੀ ਸ਼ੁਰੂ ਵਿੱਚ ਐਡਵਾਈਸ ਦਿੱਤੀ ਗਈ ਕਿ ਆਪਣੀ ਜਰਨੀ ਜਿਹੜੀ ਹੈ ਤੁਹਾਡੀ, ਆ ਸਟਰਗਲ ਹੈ, ਸਪੈਸ਼ਲੀ ਜਿਹੜੀ ਤੁਹਾਡੀ ਮੈਂਟਲ ਸਟਰਗਲ ਹੈ, ਉਹਦੇ ਬਾਰੇ 'ਚ ਇਸ ਇੰਡਸਟਰੀ 'ਚ ਬਿਲਕੁਲ ਪਤਾ ਨਾ ਲੱਗਣ ਦੇਣਾ, ਬਿਕੋਜ਼ ਬਹੁਤ ਰਿਜ਼ਲਟ ਓਰੀਐਂਟਡ, ਕੱਟ ਥਰੋਟ, ਕੰਪੈਟੀਟਿਵ ਇੰਡਸਟਰੀ ਹੈ ਐਕਟਿੰਗ ਔਰ ਮਾਡਲਿੰਗ, ਕਿ ਲੋਕ ਕਹਿਣਗੇ ਕਿ ਅਤੇ ਅਸੀਂ ਕਿਸੇ ਪਾਗਲ ਨੂੰ ਰੋਲ ਦੇ ਦਿੱਤਾ, ਇਹਦੀ ਤਾਂ ਪਾਗਲਪਨ ਦੀ ਹਿਸਟਰੀ ਰਹੀ ਐਂਡ ਆਲ ਦੈਟ। ਮਗਰ ਧੀਰੇ ਧੀਰੇ ਅੱਗੇ ਵੱਧ ਕੇ ਮੈਨੂੰ ਲੱਗਿਆ ਕਿ ਥੋੜ੍ਹਾ ਮੈਂ ਪਾਪੂਲਰ ਹੋ ਰਿਹਾ, ਮੈਨੂੰ ਔਫਰ ਆਈਆਂ ਕਿ ਤੁਸੀਂ ਆਪਣੀ ਸਟੋਰੀ ਦੇ ਬਾਰੇ 'ਚ ਗੱਲ ਕਰੋ, ਅਤੇ ਮੈਨੂੰ ਲੱਗਿਆ ਔਰ ਬਹੁਤ ਮੈਂਟਲ ਸਟਰਗਲ ਤੋਂ ਮੈਨੂੰ ਗੁਜ਼ਰਨਾ ਪਿਆ ਕਿ ਮੈਂ ਆਪਣੀ ਕਹਾਣੀ ਦੱਸਾਂ ਜਾਂ ਨਾ ਦੱਸਾਂ। ਸੋ ਐਂਡ 'ਚ ਐਸੀ ਥੋਟ ਨੇ ਮੇਰੇ ਉੱਪਰ ਕਾਬੂ ਕੀਤਾ ਕਿ ਅਗਰ ਮੇਰੀ ਸਟੋਰੀ ਨਾਲ ਕਿਸੇ ਨੂੰ ਵੀ ਹੈਲਪ ਹੋ ਸਕਦੀ ਹੈ, ਚਾਹੇ ਉਹ ਐਕਟਿੰਗ ਮਾਡਲਿੰਗ 'ਚ ਹੋਣ ਜਾਂ ਨਾ ਹੋਣ, ਜਾਂ ਨੋਰਮਲ ਪਬਲਿਕ ਹੋਣ, ਜਵਾਨ ਹੋਣ, ਬੱਚੇ ਹੋਣ ਜਾਂ ਬੁੱਢੇ ਹੋਣ, ਤਾਂ ਫਿਰ ਮੈਨੂੰ ਆਪਣੀ ਸਟੋਰੀ ਦੇ ਬਾਰੇ 'ਚ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਔਰ ਕੋਈ ਮੇਰੇ ਸਾਹਮਣੇ ਰੋਲ ਮਾਡਲ ਨਹੀਂ ਸੀ, ਔਰ ਕਿਉਂਕਿ ਤੁਸੀਂ ਖੁੱਲ੍ਹ ਕੇ ਗੱਲ ਕੀਤੀ ਲੋਕਾਂ ਸਾਹਮਣੇ, ਔਰ ਤੁਹਾਡੇ ਮਨ 'ਚ ਇਹ ਵੀ ਹੋਣਾ ਕਿ ਇਹ ਮੇਰੇ ਕੰਮ 'ਤੇ ਵੀ ਅਸਰ ਪਾ ਸਕਦਾ। ਬਿਲਕੁਲ ਹੈਗਾ ਸੀ, ਬਟ ਮੈਨੂੰ ਲੱਗਿਆ ਜਿਹੜਾ ਬਿਗਰ ਗੇਨ ਹੈ, ਜਿਹੜੇ ਲਾਰਜਰ ਰਿਜ਼ਲਟਸ ਹੈ, ਕਿ ਕਿੰਨੇ ਲੋਕਾਂ ਨੂੰ ਹੈਲਪ ਹੋਏਗੀ। ਐਂਡ ਉਹ ਥੋਟ ਮੇਰਾ ਬਿਲਕੁਲ ਸਹੀ ਰਿਹਾ, ਕਿਉਂਕਿ ਜਦੋਂ ਮੈਂ ਫਸਟ ਆਪਣਾ ਕੀਤਾ ਸੀ ਇੰਟਰਵਿਊ, ਉਸ ਤੋਂ ਬਾਅਦ ਜੋ ਮੈਨੂੰ ਮੈਸੇਜਿਸ ਆਏ ਔਰ ਥਾਊਜ਼ੈਂਡਸ ਮੈਸੇਜਿਸ ਆਏ ਕਿ ਤੁਸੀਂ ਸਾਡੀ ਲਾਈਫ 'ਚ ਬਹੁਤ ਹੈਲਪ ਕੀਤੀ ਹੈ, ਤੁਹਾਡੀ ਇੰਟਰਵਿਊ ਸੁਣ ਕੇ ਸਾਨੂੰ ਬਹੁਤ ਹੌਸਲਾ। ਸੋ ਜਿਹੜਾ ਮੇਰਾ ਡਰ ਸੀ ਉਹ ਖਤਮ ਹੋ ਗਿਆ, ਮੈਨੂੰ ਲੱਗਿਆ ਇਹ ਰਿਵਾਰਡ ਜਿਹੜਾ ਹੈ ਨਾ, ਇਹ ਬਹੁਤ ਵੱਡਾ ਹੈ। ਐਕਟਿੰਗ ਮਾਡਲਿੰਗ ਤਾਂ ਚਲੋ ਠੀਕ ਹੈ, ਉਹ ਟੈਲੈਂਟ 'ਤੇ ਵੀ ਹੈ ਜਾਂ ਸਰਕਮਸਟਾਂਸਿਸ ਜਾਂ ਲੱਕ 'ਤੇ ਹੈ, ਚੱਲਣੀ ਹੋਏਗੀ ਤਾਂ ਚੱਲ ਜਾਏਗੀ, ਮਗਰ ਲੋਕਾਂ ਦੀ ਹੈਲਪ 'ਤੇ ਹੋਏ, ਇਸ ਕਰਕੇ ਮੈਂ ਆਪਣੀ। ਐਂਡ ਆਈ ਵੁੱਡ ਲਾਈਕ ਟੂ ਐਡਵਾਈਜ਼ ਆਲ ਦੀ ਪੇਰੈਂਟਸ ਜਾਂ ਬੱਚੇ ਕਿ ਤੁਸੀਂ ਖੁੱਲ੍ਹ ਕੇ ਗੱਲ ਕਰੋ ਆਪਣੇ ਬੱਚਿਆਂ ਦੇ ਨਾਲ, ਬੱਚੇ ਆਪਣੇ ਪੇਰੈਂਟਸ ਦੇ ਨਾਲ, ਕਿਉਂਕਿ ਓਲਡ ਏਜ ਵਿੱਚ ਵੀ ਡਿਪਰੈਸ਼ਨ ਜਿਹੜਾ ਉਹ ਬਹੁਤ ਕਾਮਨ ਹੈ, ਲੋਨਲੀਨੈਸ ਹੋ ਜਾਂਦੀ ਹੈ, ਸਮਝ ਨਹੀਂ ਆਉਂਦੀ, ਕੋਈ ਗੱਲ ਕਰਨ ਵਾਲਾ ਨਹੀਂ ਰਹਿੰਦਾ। ਵੇਟ ਘਟਾਉਣਾ ਸ਼ੁਰੂ ਕੀਤਾ ਜੀ, ਅਤੇ ਫਿਰ ਤੁਹਾਨੂੰ ਉਹ ਬ੍ਰੇਕ ਥਰੂ ਕਿੱਥੋਂ ਮਿਲਿਆ ਕਿ ਯਾਰ ਮੈਨੂੰ ਮਾਡਲਿੰਗ ਵਾਲੇ ਵੀ ਅਪਰੋਚ ਕਰਨ ਲੱਗ ਗਏ, ਮੈਨੂੰ ਲੋਕ ਵੀ ਮਿਲਣ ਲੱਗ ਗਏ, ਮਤਲਬ ਇੱਕਦਮ ਦਰਵਾਜ਼ੇ ਖੁੱਲ੍ਹਣ ਲੱਗ ਗਏ, ਇੱਥੋਂ ਇਹ ਕਿਵੇਂ ਸ਼ੁਰੂਆਤ ਹੋਈ? ਇੱਕ ਪੱਤਰਕਾਰ ਰਹਿੰਦੇ ਸੀ ਮੇਰੇ ਘਰ ਦੇ ਨਾਲ, ਸੋ ਸਭ ਤੋਂ ਪਹਿਲੇ ਉਹਨਾਂ ਨੇ ਆਪਣੀ ਮੈਗਜ਼ੀਨ ਸੀ, ਕੋਈ ਈਵਨਿੰਗ ਮੈਗਜ਼ੀਨ ਸੀ, ਗੁੜਗਾਉਂ ਵਿੱਚ ਹੀ ਆਉਂਦੀ ਸੀ, ਕੋਈ ਬਹੁਤ ਵੱਡੀ ਮੈਗਜ਼ੀਨ ਨਹੀਂ ਸੀ, ਉਸ 'ਚ ਉਹਨਾਂ ਨੇ ਕਵਰ ਕੀਤੀ ਮੇਰੀ ਸਟੋਰੀ, ਬਿਫੋਰ ਐਂਡ ਆਫਟਰ ਲੁੱਕ। ਜਦੋਂ ਬਿਫੋਰ ਵਾਲਾ ਜਿਹੜਾ ਵੇਟ ਗੇਨ ਸੀ ਤੁਹਾਡਾ ਔਰ ਆਫਟਰ ਵਾਲਾ, ਕਿੰਨੇ ਕੇਜੀ ਦਾ ਫਰਕ ਹੋ ਗਿਆ ਸੀ? ਉਹਨਾਂ ਦਿਨਾਂ ਵਿੱਚ ਮੈਂ 74 ਕੇਜੀ ਸੀ, ਹੁਣ ਮੈਂ ਅਰਾਊਂਡ 80 ਕੇਜੀ ਹਾਂ, ਬਿਕੋਜ਼ ਤਾਂ ਮਸਲ ਮਾਸ ਵਗੈਰਾ ਨਹੀਂ ਹੁੰਦਾ ਸੀ ਬਿਲਕੁਲ ਵੀ। ਸੋ 135 ਤੋਂ 74 ਤੋਂ ਬਹੁਤ ਡਰਾਸਟਿਕ ਲੱਗਦਾ ਸੀ, ਔਰ ਯਕੀਨ ਮੰਨੋ ਮੈਨੂੰ ਹਾਲੇ ਤੱਕ ਖੁਦ ਵੀ ਨਹੀਂ ਸਮਝ ਆਉਂਦੀ ਆਪਣੀ ਪੁਰਾਣੀਆਂ ਫੋਟੋਜ਼ ਜਦੋਂ ਮੈਂ ਦੇਖਣਾ, ਬਿਕੋਜ਼ ਮੈਂ ਆਪਣੇ ਆਪ ਨੂੰ 10-12 ਸਾਲ ਉਂਝ ਹੀ ਦੇਖਿਆ ਸੀ। ਸੋ ਮੈਨੂੰ ਖੁਦ ਨੂੰ ਵੀ ਬੜਾ ਅਜੀਬ ਲੱਗਦਾ ਕਿ ਮੈਂ ਕਿੱਥੋਂ, ਮਤਲਬ ਆਪਣੇ ਹੀ ਅੰਦਰੋਂ ਖਿੰਜ ਮੈਂ ਬਾਹਰ ਆਇਆ। ਸੋ ਉਹ ਸਟੋਰੀ ਪਬਲਿਸ਼ ਹੋਈ ਤਾਂ ਇੱਕ ਦਿੱਲੀ 'ਚ ਮਾਡਲਿੰਗ ਏਜੰਸੀ ਹੈ, ਉਹਨਾਂ ਨੇ ਬਾਈ ਚਾਂਸ ਮੇਰੀਆਂ ਫੋਟੋਜ਼ ਦੇਖੀਆਂ, ਐਂਡ ਦੇ ਸੈਟ ਕਿ ਐਸਾ ਹੀ ਕੁਛ ਸ਼ੂਟ ਅਸੀਂ ਪਲਾਨ ਕਰ ਰਹੇ ਹਾਂ ਵੇਟ ਲੋਸ ਦੇ ਉੱਪਰ, ਔਰ ਕਿੰਜ ਕੋਈ ਬੰਦਾ ਜੋ ਹੈ ਉਹ ਮਾਡਲਿੰਗ ਏਜੰਸੀ ਦਾ ਹੈੱਡ ਬਣ ਗਿਆ, ਮਾਡਲ ਨਹੀਂ ਉਹਨਾਂ ਨੇ ਕਿਹਾ, ਮਾਡਲਿੰਗ ਏਜੰਸੀ ਦਾ ਹੈੱਡ। ਅਤੇ ਉਹ ਸ਼ੂਟ ਮੈਨੂੰ ਮਿਲਿਆ, ਆਡੀਸ਼ਨ 'ਤੇ ਮੈਂ ਗਿਆ ਔਰ ਸ਼ੂਟ ਉਹ ਮੈਨੂੰ ਮਿਲਿਆ, ਮੈਂ ਉਹ ਸ਼ੂਟ ਕੀਤਾ, ਉਹ ਸ਼ੂਟ ਬਹੁਤ ਵਾਇਰਲ ਹੋਇਆ, ਫੋਟੋਜ਼ ਬਹੁਤ ਵਾਇਰਲ ਹੋਈਆਂ ਉੱਥੋਂ ਜਿਹੜਾ, ਔਰ ਮੈਂ ਬਿਲਕੁਲ ਕੋਸ਼ਿਸ਼ ਨਹੀਂ ਕੀਤੀ। ਇਹ ਸਾਲ ਕਿਹੜਾ ਸੀ? 2016, ਮਤਲਬ 2015 'ਚ ਮੈਂ ਆਡੀਸ਼ਨ ਦਿੱਤੀ ਸੀ, 2016 'ਚ ਉਹ ਸ਼ੂਟ ਰਿਲੀਜ਼ ਹੋ ਗਿਆ ਸੀ। ਅੱਛਾ,
ਤੇ ਲੋਕੀ ਬਾਡੀ ਸ਼ੇਮਿੰਗ ਤਾਂ ਆਪਾਂ ਵਰਡ ਸੁਣਿਆ ਜੀ, ਏਜ ਸ਼ੇਮਿੰਗ ਕਦੇ ਹੋਈ? ਕਦੇ ਇੱਕ ਦਿਨ ਰਾਤ ਦਾ ਸਿਲਸਿਲਾ, ਦਿਨ ਰਾਤ ਦਾ। ਮੈਨੂੰ ਕਈ ਵਾਰ ਹੈਰਾਨੀ ਹੈ ਹੁੰਦੀ ਹੈ, ਜਿਹੜੀ ਏਜ 'ਚ ਤੁਸੀਂ ਜਾ ਕੇ ਮਾਡਲਿੰਗ ਕਰ ਰਹੇ ਹੋ, ਜਿਹੜੀ ਏਜ 'ਚ ਜਾ ਕੇ ਰੈਂਪ ਵਾਕ ਕਰ ਰਹੇ ਹੋ, ਲੋਕ ਤਾਂ ਮਤਲਬ ਕਿ ਮੈਂ ਸ਼ਬਦ ਨਹੀਂ ਬੋਲੂੰਗਾ, ਬਹੁਤ ਕੁਛ ਕਹਿੰਦੇ ਆ ਜੀ ਜੀ। ਔਰ ਇਹ ਮਤਲਬ ਡੀਲ ਕਰਨਾ ਵੀ ਇੱਕ ਆਰਟ ਹੈ ਜਿਹਨੂੰ ਮੈਂ ਧੀਰੇ ਧੀਰੇ ਲਰਨ ਕਰ ਰਿਹਾ। ਮੈਂ ਏਜ ਸ਼ੇਮਿੰਗ ਨੂੰ ਬੁਰਾ ਨਹੀਂ ਮੰਨਦਾ ਓਡਾ, ਬਿਕੋਜ਼ ਆਈ ਐਮ ਐਨ ਓਲਡ ਪਰਸਨ ਸੀ। ਸ਼ਬਦ ਨੂੰ ਯੂਜ਼ ਕਰਨ ਦਾ ਤਰੀਕਾ ਆਉਂਦਾ, ਇੱਕ ਹੁੰਦਾ ਓਲਡ, ਇੱਕ ਹੁੰਦਾ ਉਹ ਬੁੱਢੇ। ਸੋ ਉਹ ਜਿਹੜਾ ਤਰੀਕਾ ਹੈ ਨਾ, ਉਹਦੇ ਉੱਪਰ ਮੈਨੂੰ ਬਹੁਤ ਇਤਰਾਜ਼ ਹੁੰਦਾ। ਸੋ ਪਰਟੀਕੁਲਰਲੀ ਕੁਛ ਕਮੈਂਟਸ ਐਸੇ ਆਉਂਦੇ ਆ ਜੋ ਵਿਸ਼ ਕਰਦੇ ਆ ਕਿ ਤੁਸੀਂ ਮਰ ਕਿਉਂ ਨਹੀਂ ਰਹੇ, ਕਿ ਹੁਣ ਤੁਹਾਡੇ ਪੈਰ ਕਬਰ 'ਚ ਲਟਕੇ ਹੋਏ ਆ। ਉਹ ਮੈਨੂੰ ਬੁਰਾ ਲੱਗਦਾ, ਬਿਕੋਜ਼ ਸਾਡੀ ਵੀ, ਅਸੀਂ ਚਾਹੇ ਪਬਲਿਕ ਫਿਗਰਸ ਹੈਗੇ ਹਾਂ, ਸਾਡੇ ਵੀ ਵੈਲ ਵਿਸ਼ਰਸ ਨੇ, ਫੈਮਿਲੀਜ਼ ਨੇ, ਬਿਲਕੁਲ, ਜਿਨ੍ਹਾਂ ਨੂੰ ਪੜ੍ਹ ਕੇ ਬੁਰਾ ਲੱਗ ਸਕਦਾ ਕਿ ਇਹਨਾਂ ਦੀ ਮਤਲਬ ਕਿਸੇ ਦਾ ਕੁਛ, ਤੁਸੀਂ ਕੁਛ ਵਿਗਾੜਿਆ ਨਹੀਂ, ਆਪਣੀ ਮਿਹਨਤ ਕਰਕੇ ਜਗ੍ਹਾ ਤੁਸੀਂ ਬਣਾਈ ਹੈ, ਸੋਸ਼ਲ ਮੀਡੀਆ 'ਤੇ ਵਿਜ਼ੀਬਿਲਿਟੀ ਤੁਸੀਂ ਖੁਦ ਗੇਨ ਕੀਤੀ ਹੈ, ਇੱਕ ਤੁਸੀਂ ਪੋਜੀਸ਼ਨ ਬਣਾਈ ਹੈ, ਔਰ ਇੱਕ ਲਾਈਨ ਲੱਗ ਜਾਂਦੀ ਹੈ ਲੋਕਾਂ ਦੀ ਜੋ ਸਿਰਫ ਤੁਹਾਡੇ ਹਰ ਪੋਸਟ ਦੇ ਉੱਪਰ ਨੈਗੇਟਿਵ ਕਮੈਂਟਸ, ਤੁਹਾਨੂੰ ਨੀਚਾ ਦਿਖਾਉਣਾ, ਤੁਹਾਡੇ ਮਰਨ ਦੀ ਵਿਸ਼ ਕਰਨਾ, ਗਾਲਾਂ ਕੱਢਣੀਆਂ, ਐਸਾ ਬਹਿਨਾ ਦਾ ਚੱਲਦਾ। ਪਹਿਲਾਂ ਜਦੋਂ ਮਾਡਲਿੰਗ ਦਾ ਆਪਣਾ ਆਫਰ ਲਿਆ, ਉਸ ਤੋਂ ਬਾਅਦ ਫਿਰ ਕਦੇ ਇੱਦਾਂ ਲੱਗਿਆ ਕਿ ਬਸ ਠੀਕ ਹੈ ਯਾਰ, ਹੁਣ ਮੈਂ ਫਿੱਟ ਹੋ ਗਿਆ, ਮਾੜਾ ਮੋਟਾ ਲੋਕ ਜਾਣਨ ਵੀ ਲੱਗ ਗਏ, ਹੁਣ ਚੱਲਦੇ ਹਾਂ ਘਰ ਨੂੰ, ਬੈਠਦੇ ਹਾਂ ਆਰਾਮ ਨਾਲ, ਕਦੇ ਇੱਦਾਂ ਲੱਗਿਆ? ਬਹੁਤ ਵਾਰੀ ਸੋਚਿਆ, ਬਹੁਤ ਵਾਰੀ ਸੋਚਿਆ, ਇਹ ਵੀ ਸੋਚਿਆ ਕਿ ਚਲੋ ਹੁਣ ਟਰੈਵਲ 'ਤੇ ਚੱਲਣੇ ਆ 6 ਮਹੀਨੇ, ਬਟ ਇਹ ਇੰਡਸਟਰੀ ਐਸੀ ਹੈ, ਜਦ ਤੱਕ ਤੁਸੀਂ ਰੈਲੇਵੈਂਟ ਹੋ ਤਾਂ ਤੱਕ ਤੁਹਾਨੂੰ ਕੰਮ ਆਉਂਦਾ ਰਹੇਗਾ ਜੀ। ਔਰ ਮੈਨੂੰ ਲੱਗਦਾ ਬਹੁਤ ਵੱਡੀ ਸਟੂਪਿਡਿਟੀ ਹੋਏਗੀ ਜੇ ਮੈਂ ਆਉਂਦੇ ਹੋਏ ਕੰਮ ਨੂੰ ਕਹਾਂ ਕਿ ਨਹੀਂ ਹੁਣ ਮੈਂ ਕਰ ਬਹਿਣਾ, ਮਤਲਬ ਆਲਰੇਡੀ ਬਹੁਤ ਸਮਾਂ ਬੈਠ ਚੁੱਕੇ ਜੀ। ਐਡੀ ਸਟਰਗਲ ਮੈਂ ਕਰਕੇ ਇੱਕ ਪੋਜੀਸ਼ਨ ਅਚੀਵ ਕੀਤੀ ਹੈ, ਉਹ ਵੀ ਇੱਕ ਐਸੀ ਇੰਡਸਟਰੀ ਜਿਹਦੇ 'ਚ ਬ੍ਰੇਕ ਥਰੂ ਲੈਣਾ ਔਰ ਇਸ ਏਜ 'ਤੇ ਲੈਣਾ ਬਹੁਤ ਹੀ ਮੁਸ਼ਕਿਲ ਕੰਮ ਹੈ। ਪੀਪਲ ਆਰ ਰੈਡੀ ਟੂ ਗਿਵ ਦੇਅਰ ਲਾਈਫਸ ਇੱਕ ਛੋਟਾ ਜਿਹਾ ਰੋਲ ਲੈਣ ਵਾਸਤੇ ਮੂਵੀਜ਼ 'ਚ ਜਾਂ ਮਾਡਲਿੰਗ ਇੰਡਸਟਰੀ, ਅਤੇ ਮੈਂ ਆਉਂਦੇ ਹੋਏ ਔਫਰਸ ਨੂੰ ਠੁਕਰਾ ਦਿਆਂ, ਐਡਾ ਵੱਡਾ ਹਾਲੀ ਮੈਂ ਮਤਲਬ। ਦਿਨੇਸ਼ ਜੀ, ਅਸੀਂ ਅਕਸਰ ਇਹ ਪੜ੍ਹਦੇ ਹਾਂ ਨਾ ਕਿ ਮਤਲਬ ਇਹ ਗੱਲ ਲੋਕਾਂ ਨੂੰ ਸ਼ਾਇਦ ਲੇਟ ਸਮਝ ਆਏਗੀ ਔਰ ਸਾਡੇ ਦਿਮਾਗ 'ਚ ਕੁਐਸਚਨ ਰਹਿੰਦਾ ਹੈ ਕਿ ਜਦੋਂ ਵੀ ਅਸੀਂ ਇਸ਼ਤਿਹਾਰ ਦੇਖਦੇ ਹਾਂ ਜੀ, ਮਾਡਲਿੰਗ ਕੇ ਲਈ ਲੜਕੇ ਲੜਕਿਓਂ ਕੀ ਆਵਸ਼ਕਤਾ ਜੀ, ਉਸ 'ਤੇ ਲਿਖਿਆ ਹੁੰਦਾ ਨਾ ਕਿ ਉਮਰ 25 ਸਾਲ, ਹਾਈਟ ਇਤਨੀ, ਵੇਟ ਇਤਨਾ, ਹੈ ਨਾ ਜੀ, ਤੁਸੀਂ ਤਾਂ ਸਾਰਾ ਕੁਝ ਹੀ ਕ੍ਰੋਸ ਕਰ ਗਏ। ਮੈਂ ਇੱਕ ਨਵਾਂ ਮਤਲਬ ਲੱਕੀਲੀ ਕਹਿ ਲਓ, ਫੋਰਚੂਨੇਟਲੀ ਕਹਿ ਲਓ, ਇੱਕ ਨਵਾਂ ਸੈਗਮੈਂਟ ਸਟਾਰਟ ਹੋਇਆ ਮੇਰੇ ਆਉਣ ਨਾਲ ਇੰਡੀਆ 'ਚ, ਜਿਹਨੂੰ ਕਹਿੰਦੇ ਨੇ ਗ੍ਰੇ ਮਾਡਲਸ, ਸੀਨੀਅਰ ਏਜ ਮਾਡਲਿੰਗ। ਤਾਂ ਉਹ ਇੱਕ ਨਵਾਂ ਇੱਕ ਇੰਟਰੋਡਿਊਸ ਹੋਇਆ ਇੰਡੀਆ 'ਚ ਮੇਰੇ ਵਾਇਰਲ ਹੋਣ ਤੋਂ ਬਾਅਦ, ਜੋ ਕਿ ਪਹਿਲੇ ਬਿਲਕੁਲ ਰਿਵਾਜ਼ ਨਹੀਂ ਸੀ, ਔਰ ਹੁਣ ਤਾਂ ਲਾਈਨ ਲੱਗੀ ਹੋਈ ਹੈ ਦੇਖਾ ਦੇਖੀ, ਜੋ ਕਿ ਮੈਨੂੰ ਬਹੁਤ ਅੱਛਾ ਲੱਗਦਾ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਵੀ ਨਾਂ ਲਿਆ ਜਾਏਗਾ ਗ੍ਰੇ ਮਾਡਲਸ ਦਾ, ਸਭ ਤੋਂ ਪਹਿਲਾਂ ਨਾਮ ਹੋਪਫੁੱਲੀ ਮੇਰਾ ਹੀ ਆਏਗਾ। ਸੋ ਇੱਕ ਹਿਸਟਰੀ 'ਚ ਨਾਂ ਲਿਖਿਆ ਗਿਆ, ਜੋ ਕਿ ਬਹੁਤ ਵੱਡੀ ਗੱਲ ਹੈ ਕਿ ਸਭ ਕਹਿ ਰਹੇ ਹੈ ਕਰ ਬਹਿ ਜਾਓ, ਹੋ ਗਿਆ, ਹੁਣ ਕੁਛ ਨਹੀਂ ਹੋ ਸਕਦਾ, ਹੁਣ ਤੁਸੀਂ ਰੱਬ ਦਾ ਨਾਂ ਲਓ, ਜਾਂ ਜੋ ਵੀ ਲੋਕ ਕਹਿ ਕੇ ਤੁਹਾਨੂੰ ਇੱਕ ਮੋਲਡ 'ਚ, ਇੱਕ ਬਾਕਸ 'ਚ ਬੰਦ ਕਰਨਾ ਚਾਹੁੰਦੇ ਆ। ਆਪਾਂ ਲੋਕ ਉਸ ਬਾਕਸ ਨੂੰ ਹੁਣ ਤੋੜ ਰਹੇ ਹਾਂ, ਇੱਕ ਬਰੇਵਰੀ ਕਰ ਰਹੇ ਹਾਂ, ਇੱਕ ਡੇਅਰਿੰਗ ਕਰ ਰਹੇ ਹਾਂ, ਔਰ ਚਾਹੇ ਇੰਸਟਾਗ੍ਰਾਮ ਦੇ ਉੱਪਰ ਰੀਲ ਹੀ ਪਾ ਰਹੇ ਹਾਂ, ਪਰ ਇੱਕ ਟਾਈਮ ਪਾਸ ਤਾਂ ਮਿਲਿਆ ਹੋਇਆ ਨਾ, ਨਹੀਂ ਤਾਂ ਘਰ ਬੈਠ ਕੇ ਕੀ ਕਰੀਏ ਸਾਰਾ ਦਿਨ। ਸੋ ਲੋਕ ਬਹੁਤ ਖੁਸ਼ ਹੈ ਕਿ ਸਰ ਅਸੀਂ ਰੋਜ਼ ਡਿਸਾਈਡ ਕਰਨੇ ਹਾਂ ਕਿ ਇੱਕ ਨਵੀਂ ਰੀਲ ਅਸੀਂ ਬਣਾਉਣੀ ਹੈ, ਔਰ ਪਾਣੀ ਹੈ, ਚਾਹੇ ਪ੍ਰੋਫੈਸ਼ਨਲੀ ਕੋਈ ਕੰਮ ਨਹੀਂ ਹੈ ਸਾਡੇ ਕੋਲ, ਪਰ ਉਹਦੀ ਤਿਆਰੀ ਕਰਨ 'ਚ ਹੀ ਉਹਨਾਂ ਦਾ ਟਾਈਮ ਬਹੁਤ ਅੱਛਾ ਪਾਸ ਹੋ ਜਾਂਦਾ। ਇੰਪੋਰਟੈਂਟ ਗੱਲ ਇਹ ਹੈ ਕਿ ਪੰਜਾਬੀ ਬੰਦੇ ਦੀ ਅਕਸਰ ਲੜਾਈ ਜਿਹੜੀ ਹੁੰਦੀ ਉਹ ਹਿੰਦੀ ਤਾਂ ਖਤਮ ਹੋ ਜਾਂਦੀ ਹੈ, ਪੰਜਾਬੀ ਬੰਦੇ ਦੀ ਹਿੰਦੀ ਜਦੋਂ ਚੱਲਦੀ ਉਹਨੇ ਪਤਾ ਚੱਲ ਜਾਂਦਾ ਕਿ ਪੰਜਾਬੀ ਬੰਦਾ ਇਹ। ਪਰ ਤੁਸੀਂ ਮਲਿਆਲਮ ਮੂਵੀ 'ਚ ਕਿਵੇਂ ਤੁਹਾਨੂੰ ਇਹ ਮੌਕਾ ਮਿਲਿਆ? ਫਿਰ ਤੁਸੀਂ ਤਮਿਲ ਮੂਵੀ 'ਚ ਵੀ ਕੰਮ ਕੀਤਾ, ਰਜਨੀਕਾਂਤ ਵਰਗੇ ਵੱਡੇ ਐਕਟਰ ਨਾਲ ਕੰਮ ਕੀਤਾ, ਸਲਮਾਨ ਖਾਨ ਨਾਲ ਕੀਤਾ। ਮੈਂ ਦਰਅਸਲ ਐਜ਼ ਅ ਮਾਡਲ ਗਿਆ ਸੀ ਪਹਿਲੇ ਜੀ ਕੇਰਲਾ, ਇੱਕ ਫੈਸ਼ਨ ਸ਼ੋਅ 'ਚ ਗਿਆ ਸੀ ਜਿੱਥੇ ਮੈਨੂੰ ਲੋਕਾਂ ਨੇ ਦੇਖਿਆ, ਬਹੁਤ ਮੈਂ ਵਾਇਰਲ ਹੋਇਆ। ਉੱਥੋਂ ਮੈਨੂੰ ਫਿਰ ਕਾਲ ਆਇਆ, ਇੱਕ ਡਾਇਰੈਕਟਰ ਸਾਹਿਬ ਦਾ ਕਾਲ ਆਇਆ ਕਿ ਅਸੀਂ ਇੱਕ ਪਿਕਚਰ ਬਣਾ ਰਹੇ ਹਾਂ ਜਿਹਦਾ ਨਾਂ ਹੈ ਹੈਪੀ ਸਰਦਾਰ। ਜਾਵੇਦ ਜਾਫਰੀ ਜੀ
ਉਹ ਹੀਰੋ ਦੇ ਫਾਦਰ ਹੈ, ਮੈਂ ਹੀਰੋਇਨ ਦਾ ਫਾਦਰ ਹਾਂ, ਔਰ ਆਪਾਂ ਦੋਨੋਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ, ਸਰਦਾਰ ਹੈਗੇ ਹਾਂ, ਬਟ ਸਾਡੀ ਪਤਨੀਆਂ ਜਿਹੜੀਆਂ ਉਹ ਕੇਰਲਾ ਦੀਆਂ, ਸੋ ਇਟਸ ਅ ਲਵ ਮੈਰਿਜ, ਸੋ ਉਹ ਟਸਲ ਜਿਹੜਾ ਹੀਰੋ ਹੀਰੋਇਨ ਦੇ ਵਿੱਚ ਔਰ ਸਾਡੇ ਵਿੱਚ, ਉਹ ਉਹਦੇ ਉੱਪਰ ਮੂਵੀ ਹੈ ਹੈਪੀ ਸਰਦਾਰ। ਸਾਡੇ ਡਾਇਲੋਗ ਮਲਿਆਲਮ ਵਿੱਚ ਹੀ ਸੀ, ਬਟ ਆਈ ਹੈਵ ਅ ਫੁੱਲ ਸਿੱਖ ਲੁੱਕ। ਉਹ ਮੂਵੀ ਬਹੁਤ ਸੁਪਰ ਹਿੱਟ ਗਈ, ਤੋ ਉਹ ਮੇਰਾ ਥੋੜ੍ਹਾ ਨੈਗੇਟਿਵ ਕੈਰੈਕਟਰ ਸੀ, ਤੋ ਉੱਥੋਂ ਮੈਨੂੰ ਇੱਕ ਹੋਰ ਬੜੀ ਅੱਛੀ ਮੂਵੀ ਮਿਲੀ, ਉਹਦੇ ਵਿੱਚ ਵੀ ਨੈਗੇਟਿਵ ਕੈਰੈਕਟਰ ਸੀ। ਫਿਰ ਟੀਵੀ ਐਡਵਰਟਾਈਜ਼ਮੈਂਟਸ ਬਹੁਤ ਕੀਤੀਆਂ, ਮੈਂ ਹੁਣੇ ਥੋੜ੍ਹੇ ਦਿਨ ਪਹਿਲੇ ਵੀ ਇੱਕ ਟੀਵੀ ਐਡ ਸ਼ੂਟ ਕਰਕੇ ਆਇਆ ਕੇਰਲਾ ਜਾ ਕੇ। ਔਰ ਲੈਂਗੁਏਜ ਦੀ ਪ੍ਰੋਬਲਮ ਕਿਸ ਤਰ੍ਹਾਂ ਉਹਨੂੰ ਕਰਦੇ? ਲੈਂਗੁਏਜ ਐਕਸਪਰਟਸ ਹੁੰਦੇ ਆ ਜੀ, ਤੁਹਾਨੂੰ ਸਿਖਾ ਦਿੰਦੇ ਆ ਉਹ, ਔਰ ਡਬਿੰਗ ਹੁੰਦੀ ਹੈ, ਪਰ ਤੁਹਾਨੂੰ ਡਾਇਲੋਗ ਡਿਲੀਵਰ ਤੇ ਖੁਦ ਹੀ ਕਰਨਾ ਪੈਂਦਾ, ਬਾਅਦ ਵਿੱਚ ਜੇ ਉਹ ਠੀਕ ਨਾ ਆਏ ਤੇ ਉਹ ਵਿੱਚੋਂ ਵਿੱਚੋਂ ਡਬਿੰਗ ਕਰ ਦਿੰਦੇ ਆ। ਸਲਮਾਨ ਖਾਨ ਨਾਲ ਤੁਸੀਂ ਮੂਵੀ ਕੀਤੀ ਜੀ, ਉਹਨਾਂ ਨਾਲ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਭਾਰਤ ਮੂਵੀ ਦਾ ਨਾਂ ਸੀ, ਔਰ ਬਹੁਤ ਛੋਟਾ ਜਿਹਾ ਰੋਲ ਸੀ ਮੇਰਾ ਮੂਵੀ ਦੇ ਐਂਡ ਵਿੱਚ, ਫਸਟ ਮੂਵੀ ਸੀ ਉਹ ਮੇਰੀ ਕਰੀਅਰ ਦੀ, ਔਰ ਮੈਨੂੰ ਫੋਨ ਆਇਆ ਔਰ ਕਿਹਾ ਗਿਆ ਕਿ ਆਡੀਸ਼ਨ ਹੈ, ਦੱਸਿਆ ਨਹੀਂ ਗਿਆ ਕਿ ਕਿਹਦੇ ਨਾਲ ਹੈ। ਜਦੋਂ ਮੈਂ ਸੈੱਟ ਤੇ ਪਹੁੰਚਿਆ, ਲੁਧਿਆਣੇ ਦੇ ਨੇੜੇ ਸੈੱਟ ਬਣਾਇਆ ਹੋਇਆ ਸੀ, ਤਾਂ ਮੈਨੂੰ ਪਤਾ ਲੱਗਾ ਕਿ ਉਹ ਭਾਈ ਇਹ ਤੇ ਸਲਮਾਨ ਖਾਨ ਹੈ, ਸਲਮਾਨ ਖਾਨ ਦੇ ਨਾਲ ਹੈ। ਰਜਨੀਕਾਂਤ ਨਾਲ ਵੀ ਤੁਸੀਂ ਕੰਮ ਕੀਤਾ? ਰਜਨੀਕਾਂਤ ਜੀ ਦੇ ਨਾਲ ਤੇ ਸੁਪਰ ਐਕਸਪੀਰੀਅੰਸ ਸੀ, ਬਿਕੋਜ਼ ਉਹ ਐਡਿਡ ਡਾਊਨ ਟੂ ਅਰਥ ਔਰ ਡਿਫਰੈਂਟ ਪਰਸਨ ਹੈ ਆਫ ਕੈਮਰਾ, ਕਿ ਤੁਸੀਂ ਉਹਨਾਂ ਨੂੰ ਪਹਿਚਾਣ ਨਹੀਂ ਸਕਦੇ। ਮਤਲਬ ਈਵਨ ਮੈਂ, ਹਾਲਾਂਕਿ ਮੇਰੀ ਲੈਵਲ ਕੁਛ ਨਹੀਂ ਹੈ, ਮੈਂ ਘਰੋਂ ਨਿਕਲਣਾ ਤੇ ਆਈ ਟੇਕ ਕੇਅਰ ਕਿ ਕੰਘੀ ਕੀਤੀ ਹੋਏ ਤੇ ਕੱਪੜੇ ਠੀਕ ਪਾਏ ਹੋਣ। ਹੀ ਇਜ਼ ਵਨ ਪਰਸਨ ਜਿਹੜਾ, ਮਤਲਬ ਇੰਝ ਲੱਗਦਾ ਜਿਵੇਂ ਬੈੱਡ ਤੋਂ ਉੱਠ ਕੇ ਸਿੱਧਾ ਕਿਤੇ ਵੀ ਵੱਡੇ ਤੋਂ ਵੱਡੇ ਫੰਕਸ਼ਨ 'ਚ ਚਲੇ ਜਾਂਦੇ ਆ, ਐਂਡ ਹੀ ਡਜ਼ਨਟ ਬੋਦਰ। ਸੋ ਉਹ ਕੁਆਲਿਟੀ ਉਹਨਾਂ ਦੀ ਜਿਹੜੀ ਆ, ਉਹ ਮੈਂ ਨੋਟਿਸ ਕੀਤੀ, ਮੈਨੂੰ ਬਹੁਤ ਅੱਛਾ ਲੱਗਿਆ। ਮੈਂ ਜਦੋਂ ਉਹਨਾਂ ਨੂੰ ਮਿਲਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਕਿ ਸਰ ਹੈਟਸ ਆਫ ਟੂ ਯੂ, ਤੁਹਾਡਾ ਮਤਲਬ ਤੁਹਾਨੂੰ ਕੋਈ ਏਅਰਸ ਹੀ ਨਹੀਂ ਹੈ ਕਿ ਮੈਂ ਰਜਨੀਕਾਂਤ ਦ ਰਜਨੀਕਾਂਤ। ਜਦੋਂ ਇੱਕ ਆਮ ਸ਼ਖਸ ਜਾ ਰਿਹਾ ਹੁੰਦਾ, ਇੱਕ ਜਿਹੜਾ ਬੰਦਾ ਟੋਲ ਉਸ ਤਰ੍ਹਾਂ ਦੇ ਆਪਣਾ ਪੂਰਾ ਮਾਡਲ ਦੇ ਲੁੱਕ 'ਚ ਜਾ ਰਿਹਾ, ਅਤੇ ਲੋਕ ਕਦੇ ਮੁੜ ਕੇ ਦੇਖਦੇ ਆ, ਮੁੜ ਕੇ ਪੁੱਛਦੇ ਕਿ ਭਾਈ ਸਾਹਿਬ ਤੁਸੀਂ ਕੀ ਕਰਦੇ? ਸਰ ਉਹੀ ਓ, ਮਤਲਬ ਆਪਣੇ ਮੂੰਹ ਮੀਆਂ ਮਿੱਠੂ। ਨੋਰਮਲੀ ਲੋਕ ਮੈਨੂੰ ਥੋੜ੍ਹਾ ਐਸ 'ਚ ਅੰਡਰ ਐਸਟੀਮੇਟ ਕਰਦੇ ਆ। ਮੇਰੀ ਕਾਰ ਨੂੰ ਹਾਈਵੇ ਦੇ ਉੱਪਰ ਵੀ ਰੋਕਿਆ ਜਾਂਦਾ ਕਿ ਦਿਨੇਸ਼ ਮੋਹਨ ਜੀ ਇੱਕ ਫੋਟੋ ਦੇ ਕੇ ਜਾਓ। ਮੈਂ ਮੌਲ 'ਚ ਜਾਵਾਂ, ਮਾਰਕੀਟ 'ਚ ਜਾਵਾਂ, ਪੂਰਾ ਦੇਸ਼ ਮੈਨੂੰ ਬਹੁਤ ਪਿਆਰ ਕਰਦਾ। ਸਭ ਨੂੰ ਪਤਾ ਹੈ ਕਿ ਇਹ ਬੰਦਾ ਉਹੀ ਓ ਹੈ ਜਿਹਨੇ ਆਪਣੀ ਸਟਰਗਲ ਤੋਂ ਬਾਅਦ ਮਾਡਲ ਐਕਟਰ ਬਣਿਆ। ਸੋ ਪੀਪਲ, ਲੋਟ ਆਫ ਪੀਪਲ ਆਸਕ ਮੀ ਫੋਰ ਸੈਲਫੀਜ਼, ਔਰ ਮੈਨੂੰ ਬਹੁਤ ਅੱਛਾ ਲੱਗਦਾ। ਮੈਨੂੰ ਸ਼ੂਟਿੰਗ ਤੋਂ ਬੈਟਰ ਲੱਗਦਾ ਜਾ ਕੇ ਲੋਕਾਂ ਦੇ ਵਿੱਚ ਜਾਣਾ ਔਰ ਸੈਲਫੀਜ਼ ਖਿਚਾਉਣਾ। ਕੋਈ ਸ਼ਖਸ ਕਿਸੇ ਸਮੱਸਿਆ 'ਚ ਗੁਜ਼ਰ ਰਿਹਾ ਹੁੰਦਾ, ਉਹਦਾ ਫੈਮਿਲੀ ਉਹਦੇ ਨਾਲ ਕੋਈ ਇੱਕ ਸ਼ਖਸ ਖੜਾ ਹੋ ਜਾਵੇ, ਉਹਦੇ ਵਿੱਚ ਤੁਹਾਡੇ ਨਾਲ ਖੜੀ ਸੀ ਤੁਹਾਡੀ ਸਿਸਟਰ ਜੀ, ਬਿਲਕੁਲ, ਤੁਹਾਡਾ ਬ੍ਰਦਰ ਇਨ ਲੋ, ਬਿਲਕੁਲ, ਸਿਸਟਰ ਨੂੰ ਕਦੇ ਥੈਂਕਸ ਕੀਤਾ ਜਾ ਕੇ ਕਿ ਤੂੰ ਮੈਨੂੰ ਉਭਾਰਤਾ? ਵਰਡਸ 'ਚ ਨਹੀਂ ਕੀਤਾ, ਵਰਡਸ 'ਚ ਨਹੀਂ ਕੀਤਾ, ਬਟ ਐਕਸ਼ਨਸ 'ਚ ਆਫਕੋਰਸ। ਔਰ ਉਹਨਾਂ ਨੇ ਵੀ ਅੱਜ ਤੱਕ ਕਦੀ ਐਕਨੋਲੇਜ ਨਹੀਂ ਕੀਤਾ ਮੈਨੂੰ ਕਿ ਹਾਂ ਤੂੰ ਬਹੁਤ ਅਚੀਵ ਕਰ ਲਿਆ ਜਾਂ ਤੂੰ ਬਣ ਗਿਆ ਕੁਛ, ਜਾਂ ਐਸਾ ਕੁਛ ਵੀ ਨਹੀਂ। ਬਹੁਤ ਨੋਰਮਲ ਰਿਲੇਸ਼ਨਸ ਹੈ ਸਾਡੇ ਘਰ 'ਚ, ਔਰ ਇੱਕ ਦੂਸਰੇ ਨੂੰ ਐਕਸ਼ਨਸ ਦੇ ਨਾਲ ਜ਼ਿਆਦਾ ਸਪੋਰਟ ਕਰੀਦਾ। ਔਰ ਜਦੋਂ ਵੀ ਉਹ ਮੈਨੂੰ ਕਹਿੰਦੀ ਹੈ ਕਿ ਹਾਂ ਮੈਨੂੰ ਲੋੜ ਹੈ, ਮੈਂ ਸਾਰੇ ਕੰਮ ਛੱਡ ਕੇ ਔਰ ਮੈਨੇਜ ਕਰਕੇ ਆ ਜਾਂਦਾ। ਸਾਡੇ ਸਮਾਜ ਦੀ ਇੱਕ ਤ੍ਰਾਸਦੀ ਇਹ ਰਹੀ ਹੈ ਕਿ ਪੂਰੇ ਪਰਿਵਾਰ ਦੀ ਜੋ ਲੇਡੀ ਟੇਕ ਕੇਅਰ ਕਰਦੀ ਹੈ, ਉਸਦੀ ਹੈਲਥ ਦੀ ਵਾਰੀ ਬਿਲਕੁਲ ਐਂਡ 'ਚ ਆਉਂਦੀ ਹੈ, ਸ਼ਾਇਦ ਆਉਂਦੀ ਹੀ ਨਹੀਂ, ਆਉਂਦੀ ਹੀ ਨਹੀਂ। ਅਤੇ ਤੁਸੀਂ ਉਹਨਾਂ ਲੇਡੀਜ਼ ਬਾਰੇ ਜੋ ਕਿ ਘਰਾਂ 'ਚ ਵੀ ਬੈਠੀਆਂ ਨੇ, ਤੁਹਾਨੂੰ ਦੇਖ ਰਹੀਆਂ ਨੇ, ਸੁਣ ਰਹੀਆਂ ਨੇ, ਜਾਂ ਜੋ ਲੋਕ ਔਲਰੇਡੀ ਇਸ ਉਹ 'ਚ ਹੈਗੇ ਆ, ਉਹਨਾਂ ਵਾਸਤੇ ਕੀ ਕਹੋਗੇ ਕਿ ਤੁਸੀਂ ਆਪਣੀ ਹੈਲਥ ਨੂੰ ਲੈ ਕੇ ਕਿੰਨਾ ਕੌਨਸ਼ੀਅਸ ਰਹੋ? ਦੇਖੋ, ਮੈਂ ਇੱਕ ਚੀਜ਼ ਰਿਅਲਾਈਜ਼ ਕੀਤੀ ਆ ਆਪਣੀ ਸਟੋਰੀ ਤੋਂ ਕਿ ਤੁਸੀਂ ਹੈਗੇ ਹੋ ਅਤੇ ਤੁਹਾਡੇ ਸਾਰੇ ਰਿਸ਼ਤੇ ਹੈਗੇ ਆ। ਤੁਹਾਨੂੰ ਕੋਈ ਫਾਦਰ ਕਹਿਣ ਵਾਲਾ, ਕੋਈ ਬ੍ਰਦਰ ਕਹਿਣ ਵਾਲਾ, ਦੋਸਤ ਕਹਿਣ ਵਾਲਾ, ਕੁਛ ਵੀ ਕਹਿਣ ਵਾਲਾ ਤਾਈਓ ਤੱਕ ਹੈ ਜਦੋਂ ਤੱਕ ਤੁਸੀਂ ਠੀਕ ਹੈਗੇ ਹੋ। ਦ ਮੂਮੈਂਟ ਤੁਸੀਂ ਆਪਣਾ ਸਾਥ ਛੱਡਿਆ, ਸਾਰੇ ਬਾਕੀ ਰਿਸ਼ਤੇ ਆਪਣੇ ਆਪ ਜਿਹੜੇ ਆ ਉਹ ਇੱਕ ਸਾਈਡ 'ਤੇ ਹਟ ਜਾਂਦੇ ਆ। ਸੋ ਆਪਣਾ ਸਾਥ ਕਦੀ ਵੀ ਛੱਡਣਾ ਨਹੀਂ ਚਾਹੀਦਾ ਆਪਣੇ ਆਪ ਨੂੰ ਹਮੇਸ਼ਾ। ਇਟ ਮਾਈਟ ਸਾਊਂਡ ਵੈਰੀ ਸੈਲਫਿਸ਼, ਕਿਉਂਕਿ ਸਾਡੇ ਕਲਚਰ 'ਚ ਤਿਆਗ
ਤਿਆਗ, ਦੂਸਰੇ ਵਾਸਤੇ ਤਿਆਗ, ਇਹਨੂੰ ਇੱਕ ਬਹੁਤ ਵੱਡਾ ਅਹੁਦਾ ਦਿੱਤਾ ਗਿਆ। ਮਗਰ ਤੁਸੀਂ ਆਪਣੇ ਆਪ ਨੂੰ ਕਿਉਂ ਤਿਆਗ ਰਹੇ ਹੋ? ਤਿਆਗ ਜਿਹੜਾ ਉਹ ਕਰੋ, ਉਸ ਲਿਮਿਟ ਤੱਕ ਕਰੋ ਕਿ ਉਹ ਤੁਹਾਡੇ ਉੱਪਰ ਇਫੈਕਟ ਨਾ ਹੋਏ। ਤੁਹਾਨੂੰ ਇਹ ਜੀਵਨ ਮਿਲਿਆ ਆਪਣੇ ਵਾਸਤੇ ਤਾਂ ਕਿ ਤੁਸੀਂ ਹੈਲਦੀਲੀ ਅੱਗੇ ਵੱਧ ਸਕੋ। ਤੁਸੀਂ ਵੀ ਜਵਾਬ ਦੇਣਾ ਕਿਸੇ ਨੂੰ ਕਿ ਐਡਾ ਅੱਛਾ ਤੁਹਾਨੂੰ ਜੀਵਨ ਦਿੱਤਾ ਸੀ, ਉਹਨੂੰ ਤੁਸੀਂ ਦੂਸਰਿਆਂ ਦੇ ਕਰਕੇ ਕਿਉਂ ਸਪੋਇਲ ਕਰਕੇ ਆਏ? ਸੋ ਆਈ ਟੈਲ ਐਵਰੀਬਡੀ, ਲਵ ਯੂਅਰ ਸੈਲਫ। ਸੋ ਪਿਆਰ ਦੀ ਡੈਫੀਨੇਸ਼ਨ ਮੇਰੇ ਵਾਸਤੇ ਬਹੁਤ ਡਿਫਰੈਂਟ ਹੈ। ਪੀਪਲ ਟੈਲ ਮੀ ਈਵਨ ਨਾਓ ਕਿ ਸ਼ਾਦੀ ਕਿਉਂ ਨਹੀਂ ਕਰ ਰਹੇ, ਸ਼ਾਦੀ ਕਰ ਲਓ। ਮੈਂ ਕਹਿੰਦਾ ਮੇਰੀ ਆਪਣੀ ਆਤਮਾ ਦੇ ਨਾਲ ਸ਼ਾਦੀ ਹੋਈ ਹੋਈ ਹੈ, ਆਪਣੇ ਆਪ ਨਾਲ ਮੇਰੀ ਸ਼ਾਦੀ ਹੋਈ ਹੈ, ਮੈਂ ਆਪਣਾ ਧਿਆਨ ਰੱਖ ਰਿਹਾ, ਔਰ ਸ਼ਾਦੀ ਦਾ ਕੀ ਮਤਲਬ ਹੈ? ਸੋ ਇਟਸ ਅ ਮੈਰਿਜ ਬਿਟਵੀਨ ਮੀ ਐਂਡ ਮਾਈ ਹੈਲਥ ਐਂਡ ਮਾਈ ਸੋਲ ਐਂਡ ਮਾਈ ਲਾਈਫ। ਜੇ ਮੈਂ ਰੈਂਪ ਵਾਕ ਦੀ ਗੱਲ ਕਰਾਂ, ਜਦੋਂ ਤੁਸੀਂ ਪਹੁੰਚਦੇ ਹੋ ਸੈੱਟ 'ਤੇ ਜਿੱਥੇ ਵੀ ਜਾਣਾ ਹੁੰਦਾ ਜੀ, ਤੁਸੀਂ ਇੱਕ ਮਾਡਲ ਐਕਟਰ ਹੈਗੇ ਹੋ, ਇੱਕ ਮਾਡਲ ਐਕਟਰ ਕੋਈ 25 ਸਾਲਾਂ ਦਾ ਵੀ, ਇੱਕ ਤੁਸੀਂ 65 ਸਾਲਾਂ ਦੇ ਹੈਗੇ। ਮੈਂ ਨੰਬਰ ਦੀ ਗੱਲ ਕਰ ਰਿਹਾ ਸਿਰਫ, ਹੈ ਨਾ, ਪੈਸ਼ਨ ਦੀ ਗੱਲ ਅਲੱਗ ਹੋ ਸਕਦੀ ਹੈ। ਸਰਪ੍ਰਾਈਜ਼ ਹੁੰਦੇ ਸਾਹਮਣੇ ਵਾਲੇ ਕਿ ਯਾਰ ਇਹ ਕਿਵੇਂ, ਯਾਰ ਸਾਨੂੰ ਕੰਪੀਟੀਸ਼ਨ ਦੇਣ ਆ ਗਿਆ ਬੰਦਾ? ਇਹਦਾ ਮੈਂ ਮਜ਼ਾਕ ਵਿੱਚ ਜਵਾਬ ਦਿਆਂ, ਬਿਲਕੁਲ ਲੋ ਧੂਏ ਉੱਠ ਜਾਂਦੇ ਆ। ਪੀਪਲ ਆਰ ਨੋਟ ਰੈਡੀ ਟੂ ਐਕਸੈਪਟ ਦਿਸ ਫੈਕਟ ਕਿ ਇੱਕ ਇਤਨੀ ਉਮਰ ਦਾ ਆਦਮੀ ਐਂਡ ਰਿਪੀਟਡਲੀ, ਬਿਕੋਜ਼ ਮੈਂ ਸ਼ੋਅ ਸਟੋਪ ਕਰਨਾ, ਜਿਹੜੇ ਐਂਡੇ ਚ ਆਉਂਦੇ ਆ ਕਿ ਸੈਲੀਬ੍ਰਿਟੀ ਮਾਡਲ ਹੈ ਔਰ ਨਾਂ ਲਿਆ ਜਾਂਦਾ ਤੁਹਾਡਾ, ਔਰ ਸੇਮ ਟੌਪ ਜਿਹੜੇ 5-6 ਮਾਡਲਸ ਆ ਇੰਡੀਆ ਦੇ, ਉਹ ਤੁਹਾਨੂੰ ਹਰ ਸ਼ੋਅ 'ਚ ਮਿਲਦੇ ਆ। ਸੋ ਕਈ ਵਾਰੀ ਆਈ ਡੂ ਰਿਅਲਾਈਜ਼ ਕਿ ਉਹ ਉੱਪਰੋਂ ਕੋਸ਼ਿਸ਼ ਕਰਦੇ ਆ ਰਿਸਪੈਕਟਫੁੱਲ ਹੋਣ ਦੀ, ਪਰ ਅੰਦਰੋਂ ਆਈ ਕੈਨ ਫੀਲ ਦੈਟ ਯੂ ਨੋ ਨੈਗੇਟਿਵਿਟੀ। ਕਈ ਤੁਹਾਡੇ ਤੋਂ ਟਿਪਸ ਵੀ ਲੈਣਾ, ਬਿਲਕੁਲ, ਔਰ ਮੋਸਟਲੀ ਲੋਕ ਰਿਸਪੈਕਟਫੁੱਲ ਹੀ ਹੁੰਦੇ ਆ, ਟਿਪਸ ਵੀ ਲੈਂਦੇ ਆ, ਪੂਰਾ ਗਾਈਡੈਂਸ ਵੀ ਲੈਂਦੇ ਆ, ਬਟ ਬਹੁਤ ਕੰਪੈਟੀਟਿਵ ਇੰਡਸਟਰੀ ਹੈ। ਸੋਸ਼ਲ ਮੀਡੀਆ ਦਾ ਦੌਰ ਹੈ ਜੀ, ਤੁਹਾਡੀ ਪਰਸਨੈਲਿਟੀ ਇਸ ਤਰ੍ਹਾਂ ਦੀ ਹੈਗੀ ਹੈ, ਬਹੁਤ ਸਾਰੇ ਲੋਕ ਤੁਹਾਨੂੰ ਨੈਗੇਟਿਵ ਪੋਜ਼ਿਟਿਵ ਕਮੈਂਟਸ ਭੇਜਦੇ ਨੇ ਜੀ, ਕੋਈ ਦੂਜਾ ਮੈਸੇਜ ਵੀ ਆਉਂਦਾ ਕਿ ਆਈ ਲਾਈਕ ਯੂ ਜੀ, ਤੁਸੀਂ ਤਾਂ ਬੜੇ ਉਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਕਮੈਂਟਸ ਆਉਂਦੇ ਆ ਜਾਂ ਕੋਈ ਮੈਸੇਜ ਆਉਂਦੇ ਪਰਸਨਲ? ਸਰ ਤੁਸੀਂ ਜੇ ਤੁਸੀਂ ਦੱਸਣਾ ਚਾਹੋ ਤਾਂ, ਤੁਸੀਂ ਫਿਰ ਮੇਰੇ ਕਮੈਂਟਸ ਪੜ੍ਹੇ ਨਹੀਂ ਹੈ, 80% ਜਿੱਥੇ ਹੀ ਹੁੰਦੇ ਐਂਡ ਆਈ ਐਮ ਰੀਅਲੀ ਸਰਪ੍ਰਾਈਜ਼ਡ ਐਟ ਦਿਸ ਥਿੰਗ। ਮਤਲਬ ਆਈ ਟੇਕ ਇਟ ਐਜ਼ ਅ ਕੰਪਲੀਮੈਂਟ ਲੈਣਾ ਮੈਂ ਕਿ ਇੱਕ ਨਾ ਇੱਕ ਟਰਮ ਹੁੰਦੀ ਹੈ ਪੈਨ ਸੈਕਸ਼ੂਅਲ, ਕਿ ਮਤਲਬ ਹਰ ਜੈਂਡਰ ਤੋਂ, ਹਰ ਤਰ੍ਹਾਂ ਤੋਂ, ਤਾਂ ਮੈਨੂੰ ਕਈ ਵਾਰੀ ਲੱਗਦਾ ਕਿ ਯਾਰ ਐਮ ਆਈ ਡੂਇੰਗ ਸਮਥਿੰਗ ਰਾਈਟ ਔਰ ਨੋਟ, ਪਰ ਮੈਨੂੰ ਲੱਗਦਾ ਕੋਈ ਗੱਲ ਨਹੀਂ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਪੀਪਲ ਗੋ ਔਨ ਟਰਾਇੰਗ, ਹਰ ਕੋਈ ਜਿਹੜਾ ਉਹ ਆਪਣੀ ਲਾਈਫ ਜੀਣਾ ਚਾਹੁੰਦਾ, ਆਪਣੇ ਹਿਸਾਬ ਨਾਲ ਜੀਣਾ ਚਾਹੁੰਦਾ, ਔਰ ਉਹ ਕੋਸ਼ਿਸ਼ ਕਰਨਗੇ ਉਸ ਹਿਸਾਬ ਨਾਲ, ਸੋ ਚੱਲਦਾ ਰਹਿੰਦਾ। ਕੀ ਅਸੀਂ ਐਕਸਪੈਕਟ ਕਰੀਏ ਕਿ ਆਉਣ ਵਾਲੇ ਕੁਝ ਸਮੇਂ 'ਚ ਤੁਸੀਂ ਓ ਟੀ ਟੀ 'ਤੇ ਵੀ ਦੇਖਣ ਨੂੰ ਤੁਹਾਡੇ ਕੰਮ ਨੂੰ ਮਿਲੇਗਾ ਤੁਹਾਨੂੰ? ਕੁਛ ਵੀ ਹੋ ਸਕਦਾ, ਮੈਂ ਵੈਬ ਸੀਰੀਜ਼ ਕੀਤੀਆਂ ਹੈ ਔਰ ਯੂਟਿਊਬ ਦੇ ਉੱਪਰ ਹੈ ਉਹ, ਔਰ ਓ ਟੀ ਟੀ 'ਚ ਇਨਫੈਕਟ ਮੈਨੂੰ ਕੋਈ ਰੋਲ ਐਸਾ, ਜਿਹੜੇ ਨੈਗੇਟਿਵ ਰੋਲਸ ਆਏ ਉਹ ਬਹੁਤ ਮਤਲਬ ਹਾਈਲੀ, ਜਿਨ੍ਹਾਂ ਨੂੰ ਮੈਂ ਐਕਸੈਪਟ ਨਹੀਂ ਕਰ ਸਕਿਆ ਖੁਦ, ਦ ਰੋਲ ਆਫ ਏ ਚਾਈਲਡ ਮੋਲੈਸਟਰ, ਦ ਰੋਲ ਆਫ ਏ ਰੇਪਿਸਟ, ਦ ਰੋਲ ਆਫ ਸੰਬਡੀ ਜੋ ਘਰ ਕਿਰਾਏ ਪੇ ਦੇ ਕੇ ਲੜਕੀਓਂ ਕੋ ਫਿਲਮ ਕਰਤਾ ਹੈ, ਤੋ ਯੇ ਸਾਰੇ ਆਈ ਕੁਡ ਨਾਟ ਸੇ ਯੈਸ ਟੂ ਆਲ ਦੀਜ਼ ਰੋਲਸ, ਬਿਕੋਜ਼ ਠੀਕ ਹੈ ਆਈ ਐਮ ਬੋਲਡ, ਆਈ ਐਮ ਐਡਵੈਂਚਰਸ, ਬਟ ਟੂ ਐਨ ਐਕਸਟੈਂਟ ਆਈ ਡੂ ਵਾਂਟ ਟੂ, ਮੈਂ ਆਪਣੇ ਕੰਮ ਦੇ ਨਾਲ ਇੱਕ ਸੋਸ਼ਲ ਮੈਸੇਜ ਫਿਰ ਵੀ ਥੋੜ੍ਹਾ ਜਿਹਾ ਛੱਡਣਾ ਚਾਹੁੰਦਾ, ਸੋ ਇੱਕ ਲਿਮਿਟ ਦੇ ਅੰਦਰ ਜੋ ਮੈਨੂੰ ਰੋਲ ਲੱਗੇ ਮੈਂ ਉਹਨੂੰ ਯੈਸ ਕਰ ਦੇਣਾ। ਤੁਸੀਂ ਆਪਣੀ ਲਾਈਫ ਤੋਂ ਪੰਜਾਬ ਦੇ ਮੁੰਡਿਆਂ ਨੂੰ, ਪੰਜਾਬ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਬਹੁਤ ਲੇਟ ਸ਼ੁਰੂ ਕੀਤਾ ਔਰ ਬਹੁਤ ਕੁਝ ਅਚੀਵ ਕੀਤਾ ਬਹੁਤ ਘੱਟ ਸਮੇਂ 'ਚ? ਜਿਸ ਸਿਚੁਏਸ਼ਨ ਤੋਂ ਸਾਡੀ ਯੂਥ ਜਿਹੜੀ ਹੈ ਪੰਜਾਬ ਦੀ ਉਹ ਨਿਕਲੀ ਹੈ ਜਾਂ ਨਿਕਲ ਰਹੀ ਹੈ, ਔਰ ਬਹੁਤ ਮੈਨੂੰ ਫੀਲ ਹੁੰਦਾ ਕਿ ਹਾਂ ਕੁਛ ਇਹਨਾਂ ਵਾਸਤੇ ਕੀਤਾ ਜਾਏ, ਕੁਛ ਪ੍ਰੇਰਨਾ ਐਸੀ ਦਿੱਤੀ ਜਾਏ, ਇਸ ਕਰਕੇ ਮੈਂ ਜ਼ਿਆਦਾ ਪੰਜਾਬੀ
ਜਿਹੜੇ ਪਲੈਟਫਾਰਮਸ ਹੈ ਉਹਨਾਂ ਦੇ ਉੱਪਰ ਜਾ ਕੇ ਆਪਣੀ ਸਟੋਰੀ ਦੱਸਣਾ, ਲੋਕਾਂ ਨਾਲ ਮੈਂ ਇੰਟਰੈਕਟ ਵੀ ਕਰਨਾ, ਲੋਕ ਮੈਨੂੰ ਏਅਰਪੋਰਟਸ 'ਤੇ, ਮੋਲਸ 'ਚ ਹਰ ਜਗ੍ਹਾ ਅਪਰੋਚ ਕਰਦੇ ਹਾਂ, ਔਰ ਕਈ ਤਾਂ ਬਹੁਤ ਸੈਡ ਸਟੋਰੀਜ਼ ਲੈ ਕੇ ਆਉਂਦੇ ਹਾਂ। ਐਸੇ ਸ਼ਖਸ ਵੀ ਆਏ ਹਾਂ ਕਿ ਜੀ ਅਸੀਂ ਬਿਲਕੁਲ ਨਸ਼ੇ ਦੇ ਨਾਲ ਸੁਈਸਾਈਡ ਵਾਲੀ ਹਾਲਤ 'ਚ ਪਹੁੰਚ ਗਏ ਸੀ, ਪਰ ਤੁਹਾਡੀ ਸਟੋਰੀ ਦੇਖ ਕੇ ਅਸੀਂ ਉਸ ਹਾਲਤ ਤੋਂ ਪਿੱਛੇ ਮੁੜੇ ਹਾਂ। ਸੋ ਬਹੁਤ ਮੈਨੂੰ ਅੱਛਾ ਲੱਗਦਾ ਆਪਣੇ ਉੱਪਰ ਜਿਹੜਾ ਹੋਲਡ ਹੈ, ਇੱਕ ਪਕੜ ਹੈ ਜੀਵਨ ਦੇ ਉੱਪਰ, ਜ਼ਿੰਦਗੀ ਦੇ ਉੱਪਰ, ਉਹ ਕਦੀ ਗਿਵ ਅਪ ਕਰਨੀ ਨਹੀਂ ਚਾਹੀਦੀ। ਲਾਈਫ ਤੁਹਾਨੂੰ ਇੱਕੋ ਵਾਰੀ ਮਿਲਣੀ ਹੈ, ਔਰ ਕਿਸੇ ਵੀ ਐਸੀ ਆਦਤ ਦਾ ਜਾਂ ਐਸੀ ਹੈਬਿਟ ਦਾ ਤੁਸੀਂ ਸ਼ਿਕਾਰ ਨਾ ਬਣੋ ਜਿੱਥੋਂ ਤੁਸੀਂ ਆਪਣੇ ਜੀਵਨ ਤੋਂ ਹੀ ਹਾਰ ਮੰਨ ਲਓ। ਸੋ ਮੇਰੀ ਇਹ ਗੁਜ਼ਾਰਿਸ਼ ਹੈ ਸਾਰੀ ਯੂਥ ਨੂੰ, ਪੂਰਾ ਜੀਵਨ ਅੱਗੇ ਪਿਆ, ਇਹਨੂੰ ਇੰਜ ਨਾ ਗਵਾਓ। ਅਤੇ ਤੁਹਾਡਾ ਧੰਨਵਾਦ ਦਿਨੇਸ਼ ਜੀ ਸਾਡੇ ਨਾਲ ਇੰਨਾ ਕੀਮਤੀ ਵਕਤ ਕੱਢਣ ਲਈ। 65 ਸਾਲ ਦੇ ਇਸ ਨੌਜਵਾਨ ਨੂੰ ਤੁਸੀਂ ਦੇਖਿਆ, ਸੁਣਿਆ, ਇਸ ਨੌਜਵਾਨ ਦੀਆਂ ਜਿਹੜੀਆਂ ਗੱਲਾਂ ਨੇ ਆਪਣੀ ਜ਼ਿੰਦਗੀ 'ਚ ਉਤਾਰੋ, ਅਤੇ ਜਿਹੜੀ ਵੀ ਏਜ 'ਚ ਤੁਸੀਂ ਹੈਗੇ ਹੋ ਉਸ ਏਜ ਤੋਂ ਡੇ 1 ਤੋਂ ਸ਼ੁਰੂ ਕਰ ਲਓ। ਜਿਵੇਂ ਇਹਨਾਂ ਨੇ ਕਿਹਾ ਏਜ ਇਜ਼ ਜਸਟ ਨੰਬਰ, ਇਹ ਬਿਲਕੁਲ ਸਹੀ ਹੈ। ਸਾਡੀ ਸੋਚ, ਸਾਡਾ ਜਿਹੜਾ ਆਲਾ ਦੁਆਲਾ ਉਹ ਸਾਨੂੰ ਪਿੱਛੇ ਖਿੱਚਦਾ ਜਾਂ ਸਾਨੂੰ ਅੱਗੇ ਵਧਾਉਂਦਾ। ਹੁਣ ਤੁਸੀਂ ਚੂਜ਼ ਕਰਨਾ ਕਿ ਕਿਹੜੀ ਗੱਲ ਨੂੰ ਤੁਸੀਂ ਅਡੋਪਟ ਕਰਨਾ, ਕਿਹੜੀ ਗੱਲ ਨੂੰ ਛੱਡਣਾ। ਤੁਸੀਂ ਬਣੇ ਰਹੋ PTC ਦੇ ਨਾਲ। ਧੰਨਵਾਦ।